ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਇੱਕ ਵਾਰੀ ਫਿਰ ਤੋਂ ਆਦਾਬ, ਸਲਾਮ, ਨਮਸਤੇ ਅਤੇ ਆਸ ਕਰਦੇ ਹਾਂ ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਗੁਜ਼ਰ ਰਿਹਾ ਹੋਊਗਾ। ਇੰਜੋਏ ਕਰ ਰਹੇ ਹੋਗੇ ਆਪਣੇ ਪਰਿਵਾਰ ਦੇ ਨਾਲ, ਵੀਕਐਂਡ ਦੇ ਉੱਤੇ ਛੁੱਟੀਆਂ ਇੰਜੋਏ ਕਰ ਰਹੇ ਹੋਗੇ, ਅਤੇ ਜਿਨ੍ਹਾਂ ਨੇ ਅੱਜ ਕੰਮ ਕਰਨਾ ਹੁੰਦਾ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਕੰਮ ਆ ਜਿਨ੍ਹਾਂ ਦੇ ਵੀਕਡੇਜ਼ ਦੇ ਵਿੱਚ ਥੋੜ੍ਹੇ ਜਿਹਾ ਸੌਖੇ ਹੁੰਦੇ ਨੇ, ਅਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਮੇਨ ਕਮਾਈ ਕਰਨੀ ਹੁੰਦੀ ਹੈ। ਸੋ ਉਹਨਾਂ ਨੂੰ ਵੀ ਗੁੱਡ ਲੱਕ ਅੱਜ ਦੇ ਦਿਨ ਲਈ, ਉਹ ਮੋਟੀਆਂ ਕਮਾਈਆਂ ਹੋਣੀਆਂ ਹੁੰਦੀਆਂ, ਵੀਕਐਂਡ ਦੇ ਉੱਤੇ ਕੰਮ ਕਰਨਾ ਕੋਈ ਸੌਖਾ ਥੋੜ੍ਹੀ ਹੈ। ਸੋ ਇਹੋ ਜਿਹੇ ਮਾਹੌਲ ਚਾਲ ਦੇ ਵਿੱਚ ਹੁਣ ਜਿਹੜਾ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਤੁਹਾਡੇ ਲਈ, ਉਹ ਹੈ ਜੀ ਆਪਾਂ ਆਪਣਾ ਬਿਹੇਵੀਅਰ ਕਿੱਦਾਂ ਚੇਂਜ ਕਰ ਸਕਦੇ ਹਾਂ। ਬੜੀ ਵਾਰੀ ਇਹ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਸਾਡਾ ਬਿਹੇਵੀਅਰ ਦੂਜਿਆਂ ਨੂੰ ਪਸੰਦ ਨਹੀਂ ਆਉਂਦਾ, ਜਾਂ ਸਾਨੂੰ ਕਿਸੇ ਦਾ ਬਿਹੇਵੀਅਰ ਪਸੰਦ ਨਹੀਂ ਆਉਂਦਾ। ਇੱਕ ਵੱਡਾ ਮੁੱਦਾ, ਬਹੁਤ ਤਗੜਾ ਮੁੱਦਾ ਹੈ, ਕਿਉਂਕਿ ਆਪਣੇ ਆਪ ਦੇ ਵਿੱਚ ਚੇਂਜਿਸ ਕਰਨੇ, ਆਪਣੇ ਸੁਭਾਅ ਨੂੰ ਚੇਂਜ ਕਰਨਾ ਬਹੁਤ ਔਖਾ। ਸੋ ਬਿਹੇਵੀਅਰ ਨੂੰ ਕਿੱਦਾਂ ਚੇਂਜ ਕਰੀਏ ਤਾਂ ਕਿ ਦੂਜਿਆਂ ਨੂੰ ਆਪਾਂ ਚੰਗੇ ਲੱਗੀਏ, ਦੂਜਿਆਂ ਦਾ ਦਿਲ ਨਾ ਦਿਖਾਈਏ, ਅਤੇ ਸਾਨੂੰ ਕਿਸੇ ਦਾ ਬਿਹੇਵੀਅਰ ਕਿੱਦਾਂ ਚੰਗਾ ਲੱਗੇ, ਕਿਸੇ ਦੇ ਵਿੱਚ ਜਿਹੜੇ ਚੇਂਜਿਸ ਕਰਨੇ ਆ ਸਾਡੇ ਚਾਹੁਣ ਵਾਲਿਆਂ ਦੇ, ਸਾਡੇ ਪਰਿਵਾਰ ਦਾ ਬਿਹੇਵੀਅਰ ਜੇ ਕਿਸੇ ਦੇ ਵਿੱਚ ਸ਼ਖਸ ਦਾ ਸਾਨੂੰ ਚੰਗਾ ਨਹੀਂ ਲੱਗਦਾ, ਉਹਨੂੰ ਆਪਾਂ ਕਿੱਦਾਂ ਚੇਂਜ ਕਰਨਾ, ਇਸ ਟੌਪਿਕ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਬਹੁਤ ਇੰਪੋਰਟੈਂਟ ਆ, ਧਿਆਨ ਦੇ ਨਾਲ ਸੁਣਿਆ ਜੇ, ਅਤੇ ਆਸ ਕਰਦੇ ਹਾਂ ਤੁਹਾਨੂੰ ਇਹ ਸਾਰਾ ਪਸੰਦ ਵੀ ਆਊਗਾ, ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਵੀ ਕਰੋਗੇ। ਅਤੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਪੈਸ਼ਲਿਸਟ ਨੇ ਅੱਜ ਦੀਪਿਕਾ ਗੁਪਤਾ ਸਿੰਗਲਾ ਜੀ। ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਦੀਪਿਕਾ ਜੀ, ਇਹ ਮਤਲਬ ਤਿੰਨ ਪੋਰਸ਼ਨਾਂ ਦੇ ਵਿੱਚ ਕਿਉਂ ਨਾ ਤੁਹਾਡਾ? ਇਹ ਚੰਗੇ ਬਿਹੇਵੀਅਰ ਦੀ ਨਿਸ਼ਾਨੀ। ਅੱਛਾ ਜੀ, ਸਤਿ ਸ੍ਰੀ ਅਕਾਲ ਰਣਜੋਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ ਲੈਣ ਲਈ ਪੂਰੀ ਕੰਸੈਂਟਰੇਸ਼ਨ ਲਾਉਣੀ ਪੈਂਦੀ ਆ, ਦੀਪਿਕਾ ਗੁਪਤਾ ਸਿੰਗਲਾ ਜੀ। ਐਂ ਲੱਗਦਾ ਜਦੋਂ ਤਿੰਨ ਤਿੰਨ ਸਟੋਰੀ ਬਿਲਡਿੰਗ ਤੇ ਚੜ ਰਹੇ ਹੁੰਦੇ, ਕਿਤਨੇ ਆਦਮੀ ਤੇ ਗੱਬਰ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ, ਤੁਸੀਂ ਇੱਕ ਵਾਰੀ ਫਿਰ ਆਇਓ ਸਾਡੇ ਸਟੂਡੀਓ ਦੇ ਵਿੱਚ। ਅਤੇ ਸਾਡੇ ਸਰੋਤਿਆਂ ਵੱਲੋਂ ਢੇਰਾਂ ਸਾਰੇ ਮੈਸੇਜ ਨੇ ਤੁਹਾਡੇ ਪਿਛਲੇ ਪ੍ਰੋਗਰਾਮ ਦੇ ਲਈ, ਬਹੁਤ ਇੰਜੋਏ ਕਰ ਰਹੇ ਨੇ ਅਤੇ ਬਹੁਤ ਕੁਝ ਸਿੱਖ ਰਹੇ ਨੇ ਤੁਹਾਡੇ ਪ੍ਰੋਗਰਾਮਾਂ ਤੋਂ। ਸੋ ਵਧਾਈ ਵੀ ਤੁਹਾਨੂੰ, ਅਤੇ ਥੈਂਕ ਯੂ ਵੀ ਤੁਸੀਂ ਫਿਰ ਦੁਬਾਰਾ ਤੋਂ ਸਾਡੀ ਗੁਜ਼ਾਰਿਸ਼ ਦੇ ਉੱਤੇ ਸਾਡੇ ਸਰੋਤਿਆਂ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਰਣਜੋਤ ਜੀ। ਇੱਕ ਇਹ ਮੀਡੀਅਮ ਹੈ ਜਿੱਥੇ ਮੈਂ ਆਪ ਵੀ ਵਾਪਸ ਸਿੱਖ ਰਹੀ ਹਾਂ ਸਭ ਕੁਝ। ਕਈ ਵਾਰੀ ਹੁੰਦਾ ਨਾ ਕਿ ਤੁਹਾਨੂੰ ਪਤਾ ਸਭ ਕੁਝ ਹੁੰਦਾ, ਪਰ ਜਦੋਂ ਤੁਸੀਂ ਉਹਦੇ ਉੱਤੇ ਗੱਲਬਾਤ ਕਰੋ, ਉਹ ਤੁਹਾਡੇ ਆਪ ਲਈ ਵੀ ਬਹੁਤ ਵੱਡਾ ਲਰਨਿੰਗ ਕਰਵ ਹੁੰਦਾ। ਆਪ ਮਤਲਬ ਆਮ ਆਦਮੀ ਪਾਰਟੀ? ਆਪ ਮਤਲਬ ਮੈਂ ਤੇ ਮੇਰੇ ਸਿੰਗਲਾ ਸਾਹਿਬ। ਇਸ ਕਰਕੇ ਹੋਰਾਂ ਦਾ ਭਲਾ ਹੋਇਆ ਕਿ ਨਹੀਂ ਹੋਇਆ, ਪਰ ਮੇਰੇ ਘਰ ਦਾ ਜ਼ਰੂਰ ਹੋ ਗਿਆ। ਅੱਛਾ, ਲੇਡੀਜ਼ ਲਈ ਇਹ ਵੀ ਪ੍ਰੋਬਲਮ ਹੁੰਦੀ ਹੈ ਨਾ, ਪਹਿਲਾਂ ਆਪਣਾ ਨਾਂ, ਹੁਣ ਤੁਹਾਡਾ ਦੋ ਤੇ ਦੋ ਬਿਲਡਿੰਗਾਂ ਤੇ ਤੁਹਾਡੀਆਂ ਆਪਣੀਆਂ, ਹਾਂਜੀ, ਤੇ ਤੀਜੀ ਬਿਲਡਿੰਗ ਨਾਲ ਇੱਕ ਹੋਰ ਲਾਉਣੀ ਪੈਂਦੀ ਹੈ, ਲੇਡੀਜ਼ ਨੂੰ ਇਹ ਵੀ ਬੜੀ ਪ੍ਰੋਬਲਮ ਹੈ। ਸਹੀ ਹੈ, ਪਰ ਪਤਾ ਕੀ ਹੈ, ਜੇ ਤੁਸੀਂ ਉਹ ਮਾਨ ਵਰਤਨ ਨਾਲ ਲਾਓ ਨਾ, ਤੇ ਉਹਦੇ ਉੱਤੇ ਵਜ਼ਨ ਹੀ ਪੈਂਦਾ। ਹੁਣ ਤੁਸੀਂ ਆਪੇ ਸੋਚੋ, ਮੈਂ ਜੇ ਮਿਸਿਸ ਦੀਪਿਕਾ ਸਿੰਗਲਾ ਹੁੰਦੀ, ਇੰਨਾ ਵੀ ਨਹੀਂ, ਹੁਣ ਮਿਸਿਸ ਦੀਪਿਕਾ ਗੁਪਤਾ ਸਿੰਗਲਾ ਹੈ। ਲੋਕੀ ਅੱਧੇ ਟਾਈਮ ਕਨਫਿਊਜ਼ ਹੋ ਜਾਂਦੇ ਕਿ ਗੁਪਤਾ ਸਾਹਿਬ ਨਾਲ ਚੱਲ ਰਹੇ ਨੇ ਕਿ ਸਿੰਗਲਾ ਸਾਹਿਬ ਨਾਲ। ਸਿੰਗਲਾ ਸਾਹਿਬ ਨਾਲ ਚੱਲ ਰਹੇ ਨੇ, ਵੈਸੇ ਕੌਣ ਨਾਲ ਚੱਲ ਰਹੇ ਨੇ? ਸਿੰਗਲਾ ਸਾਹਿਬ ਹੀ ਚੱਲ ਰਹੇ ਨੇ, ਜੋ ਸਿੰਗਲਾ ਸਾਹਿਬ ਨਾਲ। ਠੀਕ ਹੈ ਨੀ, ਬਾਕੀ ਗੱਲ ਇਹ ਜੇ ਆਪਾਂ ਪੁਰਾਣੀ ਆਪਣੀ ਆਪਾਂ ਟੌਪਿਕ ਸ਼ੁਰੂ ਕਰਦੇ ਹਾਂ ਜੀ, ਪਰ ਕਈ ਵਾਰੀ ਕੰਮ ਦੀ ਗੱਲ ਨਿਕਲ ਆਵੇ ਤੇ ਫਿਰ ਕਰ ਲੈਣੀ ਚਾਹੀਦੀ ਆ। ਜੇ ਆਪਾਂ ਥੋੜ੍ਹਾ ਜਿਹਾ ਆਪਾਂ ਪਿੱਛੇ ਜਾਈਏ, ਆਪਣੀ ਵਿਰਾਸਤ ਦੇ ਵਿੱਚ ਜਾਈਏ, ਆਪਣੇ ਕਲਚਰ ਦੀ ਗੱਲ ਕਰੀਏ ਆਪਣੀ, ਤੇ ਪੁਰਾਤਨ ਸਮੇਂ ਦੇ ਵਿੱਚ ਇਹਨੂੰ ਇੱਕ ਮਾਣ ਦੀ ਗੱਲ ਸਮਝਿਆ ਜਾਂਦਾ ਸੀ ਕਿ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਦਾ ਨਾਂ ਲੱਗ ਗਿਆ। ਜਨਾਨੀਆਂ ਦੇ ਲਈ ਇਹ ਇੱਕ ਮਾਣ ਵਾਲੀ ਗੱਲ ਹੁੰਦੀ ਸੀ ਕਿ ਮੇਰੇ ਨਾਲ ਹੁਣ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਨਾਲ ਸਿੰਗਲਾ ਲੱਗ ਗਿਆ, ਤੇ ਜਨਾਨੀਆਂ ਇਹਦੇ 'ਚ ਪ੍ਰਾਊਡ ਫੀਲ ਕਰਦੀਆਂ। ਪਰ ਅੱਜ ਦੀ ਡੇਟ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਚਾਲ ਚੇਂਜ ਹੋ ਗਿਆ ਵਾ, ਹੁਣ ਮਾਡਰਨ ਜ਼ਮਾਨਾ ਵਾ, ਅਲੱਗ ਅਲੱਗ ਸੋਚ ਆ, ਹਰ ਇੱਕ ਸੋਚ ਨੂੰ ਵੈਲਕਮ ਆ, ਡੈਮੋਕ੍ਰੇਸੀ ਆ, ਤੇ ਕੁਛ ਇੱਕ ਸਾਨੂੰ ਸੋਚ ਇੱਦਾਂ ਦੀ ਵੀ ਮਿਲ ਜਾਂਦੀ ਕਿ ਕਿਉਂ ਆਪਾਂ ਚੇਂਜ ਕਰੀਏ, ਉਹ ਵੀ ਆਪਣੀ ਜਗ੍ਹਾ ਠੀਕ ਨੇ। ਪਰ ਇੱਕ ਉਹ ਦੌਰ ਸੀ ਜਦੋਂ ਮਾਣ ਸਮਝਿਆ ਜਾਂਦਾ ਸੀ, ਤੇ ਅੱਜ ਵੀ ਬੜੇ ਸਮਝਦੇ ਨੇ ਇਸ ਚੀਜ਼ ਨੂੰ। ਨਹੀਂ ਤੇ ਮੈਂ ਆਮ, ਜੇ ਤੁਸੀਂ ਮੇਰੇ ਨਾਲ ਦੇਖੋ, ਮੈਂ ਇਸ ਗੱਲ ਨੂੰ ਬਹੁਤ ਵੱਡਾ ਮਾਣ ਸਮਝਦੀ ਹਾਂ ਕਿ ਤੁਹਾਨੂੰ ਕੋਈ ਆਪਣੇ ਘਰ ਵਿਆਹ ਕੇ ਲੈ ਕੇ ਗਏ, ਪੂਰਾ ਮਾਣ ਦੇ ਨਾਲ ਲੈ ਕੇ ਗਏ, ਤੁਹਾਡੀ ਹਰ ਖੁਆਇਸ਼ ਨੂੰ ਪੂਰਾ ਕੀਤਾ ਹੈ, ਤੁਸੀਂ ਉਹਨਾਂ ਦਾ ਨਾਂ ਆਪਣੇ ਨਾਲ ਕਿਉਂ ਨਹੀਂ ਲਗਾ ਸਕਦੇ? ਪਰ ਇਹ ਕੌਣ ਕਹਿੰਦਾ ਹੈ ਕਿ ਨਏ ਘਰ ਨੂੰ ਅਪਣਾਉਣ ਲਈ ਤੁਸੀਂ ਆਪਣਾ ਪੁਰਾਣਾ ਘਰ ਵੀ ਛੱਡ ਦਿਓ? ਮੈਂ ਇਸ ਕਰਕੇ ਦੋਨਾਂ ਨੂੰ ਨਾਲ ਲੈ ਕੇ ਚੱਲਦੀ ਹਾਂ ਕਿ ਮੈਨੂੰ ਜਨਮ ਦੇਣ ਵਾਲੇ, ਮੈਨੂੰ ਪੜ੍ਹਾਉਣ ਲਿਖਾ ਕੇ ਆਪਣੇ ਪੈਰਾਂ 'ਤੇ ਖੜਨ ਕਰਨ ਵਾਲੇ ਮੇਰੇ ਪੇਰੈਂਟਸ ਨੇ, ਅਤੇ ਉਹਨਾਂ ਦਾ ਨਾਮ ਮੈਂ ਆਪਣੇ ਮਿਡਲ ਨੇਮ ਨਾਲ ਰੱਖਿਆ। ਬੜੇ ਬੱਚੇ ਕੀ ਕਰਦੇ ਨੇ, ਕਈ ਫੈਮਿਲੀਜ਼ 'ਚ ਹੁੰਦਾ ਕਿ ਬੱਚੇ ਦਾ ਨਾਂ ਮਿਡਲ ਨੇਮ ਫਾਦਰ ਦਾ ਨਾਂ ਰੱਖਦੇ ਨੇ ਜੀ। ਉਹ ਕਿਉਂ ਰੱਖਦੇ ਨੇ? ਇਸ ਕਰਕੇ ਨਹੀਂ ਕਿ ਕੋਈ ਸਟੈਂਪ ਲਾਣੀ ਹੈ, ਇਸ ਕਰਕੇ ਕਿ ਉਹ ਮਾਣ ਹੁੰਦਾ। ਮੈਂ ਵੀ ਆਪਣੇ ਪੇਰੈਂਟਸ ਦਾ ਨਾਮ ਮਿਡਲ ਨੇਮ ਰੱਖਿਆ ਇਸ ਕਰਕੇ। ਪਰ ਜੇ ਨਾ ਵਿਆਹ ਤੋਂ ਬਾਅਦ ਕਈ ਹੋ ਸਕਦਾ ਸੀ, ਮੇਰੇ ਇਨਲੋਸ ਕਹਿੰਦੇ ਕਿ ਅਸੀਂ ਤੈਨੂੰ ਸਪੋਰਟ ਨਹੀਂ ਕਰਦੇ, ਤੈਨੂੰ ਕਿੱਥੇ ਅੱਗੇ ਨਹੀਂ ਵਧਣ ਦਾਂਗੇ। ਉਹਨਾਂ ਨੇ ਤਾਂ ਮੇਰੇ ਨਾਲੋਂ ਜ਼ਿਆਦਾ ਮੈਨੂੰ ਸਪੋਰਟ ਕੀਤਾ, ਮੇਰੇ ਹਸਬੈਂਡ ਜਿੰਨੇ ਸਪੋਰਟਿਵ ਨੇ, ਇਸ ਕਰਕੇ ਮੈਂ ਅੱਜ ਸਟੇਜ 'ਤੇ ਪਹੁੰਚਿਆ। ਮਾਂ ਪਿਓ ਨੇ ਪੜ੍ਹਾਇਆ,
ਤੇ ਮੇਰੇ ਹਸਬੈਂਡ ਨੇ ਮੈਨੂੰ ਉਨੀ ਇਨਕਰੇਜਮੈਂਟ ਦਿੱਤੀ ਤੇ ਮੈਂ ਜਿੱਥੇ ਵੀ ਹਾਂ ਦੀਪਿਕਾ ਕਰਕੇ ਨਹੀਂ ਪ੍ਰੋਬੇਬਲੀ ਬਟ ਗੁਪਤਾ ਸਿੰਗਲਾ ਕਰਕੇ ਜ਼ਰੂਰ ਹਾਂ ਤੇ ਇਸ ਕਰਕੇ ਮੇਰੇ ਨਾਲ ਇਹ ਦੋ ਮਾਨ ਚੱਲੇ ਹੋਏ ਨੇ ਤੇ ਆਈ ਫੀਲ ਵੈਰੀ ਪ੍ਰਾਊਡ ਦੈਟ ਆਈ ਐਮ ਦੀਪਿਕਾ ਗੁਪਤਾ ਸਿੰਗਲਾ ਜੀ ਆਸ ਕਰਦੇ ਹਾਂ ਜੀ ਇਸ ਟਾਈਮ ਸੁਣ ਰਹੇ ਹੋਣਗੇ ਸਿੰਗਲਾ ਸਾਹਿਬ ਤੇ ਮਾਣ ਮਹਿਸੂਸ ਕਰ ਰਹੇ ਹੋਣਗੇ ਬਹੁਤ ਵਧੀਆ ਲੱਗਾ ਹੋਊਗਾ ਉਹਨਾਂ ਨੂੰ ਤੁਹਾਡੇ ਕਿਉਂਕਿ ਬਹੁਤ ਸਾਰੀ ਮੈਂ ਬੜੀ ਵਾਰੀ ਇਹ ਚੀਜ਼ ਕਹਿੰਦਾ ਹੁੰਦਾ ਰੇਡੀਓ ਤੇ ਕਿ ਬੜੀਆਂ ਗੱਲਾਂ ਆਪਾਂ ਰੂਬਰੂ ਨਹੀਂ ਕਰ ਸਕਦੇ ਜੀ ਜਦੋਂ ਆਪਾਂ ਇੱਕ ਦੂਜੇ ਦੇ ਸਾਹਮਣੇ ਬੈਠੇ ਹੁੰਦੇ ਹਾਂ ਤੇ ਬੜੀਆਂ ਗੱਲਾਂ ਤੋਂ ਆਪਾਂ ਝੱਕ ਜਾਂਦੇ ਹਾਂ ਪਰ ਜਦੋਂ ਆਪਾਂ ਇਦਾਂ ਦੇ ਪਲੇਟਫਾਰਮ ਤੇ ਬੈਠੇ ਹੁੰਦੇ ਹਾਂ ਤੇ ਆਪਾਂ ਉਹ ਦਿਲ ਦੀ ਗੱਲ ਕਰ ਸਕਦੇ ਹਾਂ ਤੇ ਉਹ ਬਹੁਤ ਵਧੀਆ ਲੱਗਦੀ ਸਾਡੇ ਪਾਰਟਨਰ ਮੈਨੂੰ ਕਦੀ ਪੁੱਛਿਆ ਨਹੀਂ ਜੀ ਅੱਜ ਤੱਕ ਨਹੀਂ ਪੁੱਛਿਆ ਕਿ ਵਾਈ ਆਰ ਯੂ ਦੀਪਿਕਾ ਗੁਪਤਾ ਸਿੰਗਲਾ ਹੀ ਉਹਨਾਂ ਨੇ ਬਸ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਤਾਂ ਹੀ ਤਾਂ ਕਹਿ ਰਹੀ ਹਾਂ ਕਿ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ ਕਿ ਉਹਨਾਂ ਨੇ ਮੈਨੂੰ ਕਦੀ ਵੀ ਕਿਸੇ ਚੀਜ਼ ਲਈ ਕੁਐਸਚਨ ਨਹੀਂ ਕੀਤਾ ਹਮੇਸ਼ਾ ਇਨਕਰੇਜਮੈਂਟ ਦਿੱਤੀ ਹੈ ਜੀ ਬਹੁਤ ਵਧੀਆ ਦੀਪਕਾ ਜੀ ਤੇ ਹੁਣ ਅੱਜ ਦਾ ਟੌਪਿਕ ਆਪਾਂ ਸ਼ੁਰੂ ਕਰਦੇ ਹਾਂ ਦੁਬਾਰਾ ਤੋਂ ਗੱਲਬਾਤ ਜਿਹੜੀ ਆ ਉੱਥੇ ਆਪਾਂ ਲੈ ਕੇ ਆਉਂਦੇ ਹਾਂ ਅਤੇ ਅੱਜ ਦੀ ਗੱਲਬਾਤ ਜਿਹੜੀ ਆ ਉਹ ਸਾਡੀ ਸ਼ੁਰੂ ਹੋਣ ਜਾ ਰਹੀ ਹੈ ਜੀ ਕਿੱਦਾਂ ਆਪਾਂ ਆਪਣਾ ਬਿਹੇਵੀਅਰ ਚੇਂਜ ਕਰੀਏ ਕਈ ਵਾਰੀ ਸਾਨੂੰ ਦੂਜਿਆਂ ਦਾ ਬਿਹੇਵੀਅਰ ਨਹੀਂ ਚੰਗਾ ਲੱਗਦਾ ਕੋਈ ਵੱਡੀ ਗੱਲ ਨਹੀਂ ਗੀ ਇਹ ਆਮ ਹੋ ਜਾਂਦਾ ਸਾਨੂੰ ਸਾਡੇ ਪਰਿਵਾਰ ਦੇ ਜੀਆਂ ਦਾ ਹੀ ਕਈ ਵਾਰੀ ਬਿਹੇਵੀਅਰ ਨਹੀਂ ਚੰਗਾ ਲੱਗਦਾ ਮੈਜੋਰਿਟੀ ਆਫ ਦ ਟਾਈਮ ਜੀ ਸਾਨੂੰ ਆਪਣੇ ਯਾਰਾਂ ਦੋਸਤਾਂ ਦੇ ਵਿੱਚੋਂ ਕਈ ਵਾਰੀ ਆਪਾਂ ਮਿਲ ਵਰਤ ਜ਼ਰੂਰ ਰਹੇ ਹੁੰਦੇ ਹਾਂ ਪਰ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਆਹ ਚੀਜ਼ ਜਿਹੜੀ ਆ ਇਹਦੇ ਵਿੱਚ ਮਾੜੀ ਆ ਇਹਦਾ ਬਿਹੇਵੀਅਰ ਮੇਰੇ ਨਾਲ ਹਰ ਵਾਰੀ ਇੱਦਾਂ ਦਾ ਹੁੰਦਾ ਵਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੋ ਤੁਸੀਂ ਕੀ ਸੋਚਦੇ ਹੋ ਦੀਪਕਾ ਜੀ ਇਹਦੇ ਬਾਰੇ ਕਿਉਂ ਹੁੰਦਾ ਇੱਦਾਂ ਸਭ ਤੋਂ ਵੱਡਾ ਕੁਐਸਚਨ ਤਾਂ ਪਹਿਲਾਂ ਇਹ ਉੱਠਦਾ ਕਿ ਇਹ ਹੁੰਦਾ ਕਿਉਂ ਆ ਕਈ ਰੀਜ਼ਨਸ ਨੇ ਰਣਜੋਤ ਜੀ ਕਹਿੰਦੇ ਨਾ ਖਾਲੀ ਦਿਮਾਗ ਸ਼ੈਤਾਨ ਦਾ ਘਰ ਜੇ ਅਸੀਂ ਬੋਰ ਬੈਠੇ ਹਾਂ ਖਾਲੀ ਬੈਠੇ ਹਾਂ ਸਾਡਾ ਦਿਮਾਗ ਕਦੀ ਸਿੱਧੇ ਪਾਸੇ ਨਹੀਂ ਤੁਰਦਾ ਜੀ ਸਾਡੇ ਖਾਲੀ ਦਿਮਾਗ 'ਚ ਜਿਹੜੇ ਨੈਗੇਟਿਵ ਥੋਟਸ ਆਉਂਦੇ ਨੇ ਉਹ ਸਾਡੇ ਬਿਹੇਵੀਅਰ ਨੂੰ ਇਫੈਕਟ ਕਰਦੇ ਨੇ ਅਸੀਂ ਬੈਠੇ ਬੈਠੇ ਸੋਚੀ ਜਾਵਾਂਗੇ ਅੱਛਾ ਮੇਰੇ ਨਾਲ ਇਹ ਹੋਇਆ ਸੀ ਮੇਰੇ ਨਾਲ ਇਹ ਹੋਇਆ ਸੀ ਉਹਨੇ ਮੈਨੂੰ ਇਹ ਗੱਲ ਕੀਤੀ ਸੀ ਤੁਸੀਂ ਮੈਨੂੰ ਮਿਲਣ ਆਏ ਮੈਂ ਖਾਲੀ ਬੈਠੀ ਸੀ 2 ਘੰਟੇ ਦੀ ਫੋਰ ਐਗਜ਼ਾਮਪਲ ਮੇਰੇ ਦਿਮਾਗ 'ਚ ਉਹ ਸਭ ਚੱਲ ਰਿਹਾ ਹੈ ਮੇਰੇ ਦਿਮਾਗ 'ਚ ਨੈਗੇਟਿਵ ਥੋਟਸ ਆ ਰਹੇ ਨੇ ਤਾਂ ਜਦੋਂ ਤੁਸੀਂ ਆਏ ਤਾਂ ਮੇਰਾ ਤੁਹਾਡੇ ਨਾਲ ਬਿਹੇਵੀਅਰ ਆਟੋਮੈਟਿਕਲੀ ਥੋੜ੍ਹਾ ਉਖੜਿਆ ਹੋਇਆ ਹੈ ਤੁਸੀਂ ਤਾਂ ਕੁਛ ਵੀ ਨਹੀਂ ਕਿਹਾ ਮੈਨੂੰ ਪਰ ਕਿਉਂਕਿ ਮੇਰੇ ਉਹ ਨੈਗੇਟਿਵ ਥੋਟਸ ਮੇਰੇ ਬਿਹੇਵੀਅਰ ਨੂੰ ਇੰਨਾ ਇਫੈਕਟ ਕਰ ਰਹੇ ਨੇ ਮੈਂ ਤੁਹਾਡੇ ਨਾਲ ਔਖੀ ਹੋ ਗਈ ਇੱਕ ਤਾਂ ਇਹਦਾ ਖਾਲੀ ਦਿਮਾਗ ਮਤਲਬ ਨੈਗੇਟਿਵ ਥੋਟਸ ਤੁਹਾਡੇ ਇੱਕ ਹੁੰਦਾ ਹੈ ਕਿ ਤੁਸੀਂ ਡਿਫਰੈਂਸ ਆਫ ਓਪੀਨੀਅਨ ਮੈਂ ਇਸ ਬਾਰੇ ਇਹ ਸੋਚਦੀ ਹਾਂ ਤੁਸੀਂ ਇਸ ਬਾਰੇ ਇਹ ਸੋਚਦੇ ਹੋ ਗਲਾਸ ਅੱਧਾ ਭਰਿਆ ਅੱਧਾ ਖਾਲੀ ਵਾਲਾ ਹਾਲ ਹੈ ਜੀ ਤੇ ਤੁਹਾਨੂੰ ਪਤਾ ਹੈ ਡਿਫਰੈਂਸ ਆਫ ਓਪੀਨੀਅਨ ਜਿਹੜੇ ਲੋਕਾਂ 'ਚ ਕੌਨਫਲਿਕਟ ਹੁੰਦੇ ਨੇ ਉਹਦੇ 'ਚ 10% ਰੀਜ਼ਨ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ ਪਰ 90% ਕੀ ਹੁੰਦਾ ਹੈ ਤੁਹਾਡੀ ਟੋਨ ਆਫ ਵੋਇਸ ਜੀ ਬੈਡ ਬਿਹੇਵੀਅਰ ਅਸੀਂ ਕਿਹਨੂੰ ਕਹਿੰਦੇ ਹਾਂ ਮੇਰੇ ਨਾਲ ਕਿੱਦਾਂ ਗੱਲ ਕੀਤੀ ਕਿਸੇ ਦੀ ਤਾਰੀਫ ਵੀ ਕੀਤੀ ਪਰ ਜੇ ਡੰਡਾ ਮਾਰ ਕੇ ਕੀਤੀ ਉਹਦਾ ਫਾਇਦਾ ਕੀ ਹੈ ਜੀ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਸੋ ਗੱਲ ਸਭ ਤੋਂ ਵੱਡੀ ਚੀਜ਼ ਹੈ ਕਿ ਗੱਲ ਕਰਨ ਦਾ ਜਿਹੜੀ ਟੋਨ ਹੈ ਤਰੀਕਾ ਟੋਨ ਤੁਹਾਡਾ ਤਰੀਕਾ ਉਹ ਬਹੁਤ ਇੰਪੋਰਟੈਂਟ ਹੈ ਬਿਹੇਵੀਅਰ ਨੂੰ ਡਿਸਕ੍ਰਾਈਬ ਕਰਦੀ ਹੈ ਜੀ ਤੁਸੀਂ ਕਹਿ ਰਹੇ ਹੋ ਕਿ ਅੱਜ ਬੜੇ ਸੋਹਣੇ ਲੱਗ ਰਹੇ ਫੋਰ ਐਗਜ਼ਾਮਪਲ ਜੀ ਬੜਾ ਸੋਹਣਾ ਲੱਗ ਰਿਹਾ ਅੱਜ ਉਹਦੇ 'ਚ ਕੀ ਤੁਸੀਂ ਕਿਸੇ ਦਾ ਟੋਨ ਹੁੰਦੀ ਨਾ ਬੜੀ ਜੇ ਟਵਰ ਕੱਢੀ ਆ ਉਹ ਇੱਕ ਟੌਂਟ ਹੋ ਜਾਂਦਾ ਉਹਨੂੰ ਲੱਗਦਾ ਕਿ ਮੇਰੀ ਤਾਰੀਫ ਨਹੀਂ ਕੀਤੀ ਤਾਰੀਫ ਨਹੀਂ ਕੀਤੀ ਅਸਲ ਦੇ ਵਿੱਚ ਉਹਦਾ ਕਹਿਣ ਦਾ ਤਰੀਕਾ ਹੁੰਦਾ ਉਹਦਾ ਮਤਲਬ ਇਹੋ ਹੀ ਹੁੰਦਾ ਵਾ ਵੀ ਹਾਂ ਤੂੰ ਸੋਹਣਾ ਲੱਗ ਰਿਹਾ ਪਰ ਉਹ ਹੀ ਹੋ ਗਈ ਵੀ ਉਹ ਕਿਆ ਨਾ ਕਿਆ ਇੱਕ ਬਰਾਬਰ ਕਰ ਬਿਲਕੁਲ ਜੀ ਤੇ ਸਾਡੀ ਟੋਨ ਆਫ ਵੋਇਸ ਜਿਹੜੀ ਹੈ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਉਹਦੇ ਉੱਤੇ ਕੰਮ ਕਰੀਏ ਜੇ ਅਸੀਂ ਆਪਣੀ ਟੋਨ ਆਫ ਵੋਇਸ ਤੇ ਕੰਮ ਕਰ ਲਈਏ ਨਾ ਜੇ ਤੁਸੀਂ ਕਿਸੇ ਨੂੰ ਮੈਨਾ ਵੀ ਮਾਰ ਰਹੇ ਹੋ ਪਰ ਹੱਸ ਕੇ ਮਾਰ ਰਹੇ ਹੋ ਤੁਹਾਡੀ ਇੰਨੀ ਜ਼ਿਆਦਾ ਕੌਨਫਲਿਕਟ ਜਾਂ ਬੈਡ ਬਿਹੇਵੀਅਰ ਨਹੀਂ ਆਉਂਦਾ ਜੀ ਤੇ 90% ਆਫ ਇਟ ਇਜ਼ ਐਕਚੁਅਲੀ ਯੂਰ ਟੋਨ ਆਫ ਵੋਇਸ ਜੀ ਬੈਡ ਬਿਹੇਵੀਅਰ ਅਸੀਂ ਜਿਹਨੂੰ ਕਹਿੰਦੇ ਹਾਂ ਨਾ ਕਈ ਚੀਜ਼ਾਂ ਦਾ ਅੱਛਾ ਤੁਸੀਂ ਵੀ ਹੁਣ ਚਲੋ ਫੈਮਿਲੀ ਵਾਲੇ ਹੋ ਵਿਆਹ ਬਰੇ ਹੋ ਇਹਦੀ ਕੋਈ ਐਗਜ਼ਾਮਪਲ ਦਿਓ ਆਪਣੇ ਮਤਲਬ ਘਰ ਚੋਂ ਹੀ ਕੋਈ ਸਿੰਗਲਾ ਸਾਹਿਬ ਦੇ ਨਾਲ ਕੋਈ ਇਦਾਂ ਦੀ ਟੋਨ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ ਥੱਕੇ ਆਣਗੇ ਜੇ ਸ਼ਾਮੀ ਫੋਰ ਐਗਜ਼ਾਮਪਲ ਜੀ ਉਹ ਵੀ ਥੱਕੇ ਆਏ ਨੇ ਮੈਂ ਵੀ ਕੰਮ ਦੀ ਥੱਕੇ ਆਈ ਹਾਂ ਘਰ ਆਵਾਂਗੀ ਤੇ ਦੋਨੋਂ ਇਕੱਠੇ ਘਰ ਵੜੇ ਹੁਣ ਮੇਰੇ ਦਿਮਾਗ ਚੱਲ ਰਿਹਾ ਮੈਂ ਬੱਚਿਆਂ ਦਾ ਹੋਮਵਰਕ ਵੀ ਕਰਾਉਣਾ ਹੈ ਕੱਲ੍ਹ ਦਾ ਤੇ ਚਾਹ ਪੀਣੀ ਹੈ ਮੈਂ ਭੱਜਦੇ ਕਹਿ ਰਹੀ ਹਾਂ ਮਤਲਬ ਪੁੱਛਣਾ ਤੁਸੀਂ ਉਸ ਤਰੀਕੇ ਦੇ ਨਾਲ ਆ ਵੀ ਨਾ ਹੀ ਕਰਦੇ ਬੰਦਾ ਨਹੀਂ ਦੇਖਿਓ ਦਿਸ ਇਜ਼ ਐਗਜ਼ੈਕਟਲੀ ਦ ਟੋਨ ਆਫ ਵੋਇਸ ਸੇਜ਼ ਪੁੱਛਿਆ ਤਾਂ ਮੈਂ ਇਹੀ ਹੈ ਕਿ ਮੈਨੂੰ ਪਤਾ ਉਹ ਪੀਣਗੇ ਮੈਂ ਵੀ ਬਣਾਉਣੀ ਹੈ ਪਰ ਕਿਉਂਕਿ ਮੈਂ ਇੰਨਾ ਨੱਸ ਰਹੀ ਹਾਂ ਮੇਰੇ ਦਿਮਾਗ 'ਚ ਚਾਰ ਚੀਜ਼ਾਂ ਹੋਰ ਚੱਲ ਰਹੀਆਂ ਮੇਰੇ ਪੁੱਛਣ ਦਾ ਤਰੀਕਾ ਡਿਫਰੈਂਟ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਵਿਚਾਰਿਆਂ ਨੇ ਕੀ ਚਾਹ ਪੀਣਾ ਕਹਿਣਗੇ ਰਹਿ ਨਹੀਂ ਦੇ ਤੂੰ ਚਾਹ ਮੈਂ ਆਪੇ ਬਣਾ ਲਾਂਗਾ ਸਹੀ ਗੱਲ ਅੱਗੋਂ ਫਿਰ ਜਵਾਬ ਇਹੋ ਹੀ ਆਊਗਾ ਵੀ ਨਹੀਂ ਕੋਈ ਨਹੀਂ ਰਹਿਣ ਦੇ ਮੈਂ ਆਪੇ ਬਣਾ ਲੈਣੀ ਹੈ ਤੇ ਇਹ ਆਉਂਦਾ ਜਵਾਬ ਜੀ ਤੇ ਮੈਂ ਕੋਈ ਉਹਨਾਂ ਨਾਲ ਆਪਣੇ ਵੱਲੋਂ ਬਦਤਮੀਜ਼ੀ ਨਹੀਂ ਕੀਤੀ ਮੈਂ ਕੋਈ ਉਹਨਾਂ ਦੇ ਦੁਸ਼ਮਣ ਹਾਂ ਉਹਨਾਂ ਦੀ ਵਾਈਫ ਹਾਂ ਪਰ ਜਿੱਦਾਂ ਮੈਂ ਉਹਨਾਂ ਨੂੰ ਉਹ ਗੱਲ ਪੁੱਛੀ ਉਸ ਤੋਂ ਚੰਗਾ ਤਾਂ ਮੈਂ ਨਾ ਹੀ ਪੁੱਛਦੀ ਚੜਾਈ ਦਿੰਦੀ ਸੁੱਟਣੀ ਪੈ ਜਾਂਦੀ ਇੱਕ ਆਪੋ ਜ਼ਿਆਦਾ ਈਜ਼ੀ ਸੀਗਾ ਹੁਣ 2 ਦਿਨ ਕੌਣ 2 ਦਿਨ ਫੇਰ ਮਨਾਉਣ ਚ ਲੰਘ ਜਾਂਦੇ ਹਨ ਉਹ ਚਾਹ ਪਿੱਛੇ ਪਤਾ ਨਹੀਂ ਹੋਰ ਕੀ ਕੀ ਬਣਾਉਣਾ ਤੇ ਇਸ ਕਰਕੇ ਵੈਨ ਵੀ ਸੇ ਬੈਡ
ਕਈ ਰੂਪ ਨੇ, ਅਸੀਂ ਕਿਸ ਚੀਜ਼ ਨੂੰ ਬੈਡ ਬਿਹੇਵੀਅਰ ਮੰਨਦੇ ਹਾਂ। ਮੇਰੇ ਕਾਉਂਸਲਿੰਗ 'ਚ ਬੜੇ ਲੋਕ ਆਉਂਦੇ ਹੈ ਅਤੇ ਇੱਕ ਬੜਾ ਕਾਮਨ ਟੋਪਿਕ ਹੈ, ਮੇਰੀ ਸੱਸ ਕੁਛ ਨਹੀਂ ਸਮਝਦੀ, ਉਹ ਨਹੀਂ ਸਮਝਦੀ ਮੈਨੂੰ, ਉਹ ਮਤਲਬ ਉਹਨੂੰ ਮੇਰੇ ਨਾਲ ਹੀ ਪ੍ਰੋਬਲਮ ਹੈ। ਕੀ ਸਮਝੇ ਹੋ? ਬਸ ਜਦੋਂ ਇਹ ਪੁੱਛਦੇ ਆ, ਮੈਂ ਇਹ ਇੱਥੇ ਡਿਸਕਸ ਕਰਨ ਨਹੀਂ ਆਈ, ਮੈਂ ਇੱਥੇ ਇਹ ਡਿਸਕਸ ਕਰਨ ਆਈ ਹਾਂ ਕਿ ਮੇਰੀ ਸੱਸ ਨੂੰ ਕੌਣ ਸਮਝਾਏ। ਅੱਛਾ ਜੀ, ਮਤਲਬ ਮੇਰੀ ਕੋਈ ਗਲਤੀ ਨਹੀਂ, ਕੋਈ ਗਲਤੀ ਨਹੀਂ, ਤੁਸੀਂ ਉਹ ਸੁਣੋ ਜੋ ਮੈਂ ਗਲਤੀਆਂ ਗਿਣਾਵਾਂ ਜੀ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੈਡ ਬਿਹੇਵੀਅਰ ਚੇਂਜ ਹੋਏ, ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਅਸੀਂ ਉਹਨੂੰ ਜਸਟੀਫਾਈ ਕਰਨਾ ਬੰਦ ਕਰ ਦਈਏ ਜੀ। ਕਿਉਂਕਿ ਹੁੰਦਾ ਕੀ ਹੈ, ਜਦੋਂ ਬੈਡ ਬਿਹੇਵੀਅਰ ਹੁੰਦਾ ਹੈ ਨਾ, ਉਸ ਵੇਲੇ ਬੰਦਾ ਆਪਣੇ ਵੱਲੋਂ ਬੈਡ ਬਿਹੇਵੀਅਰ ਨਹੀਂ ਕਰ ਰਿਹਾ ਹੁੰਦਾ ਜੀ, ਉਹ ਆਪਣੇ ਵੱਲੋਂ ਸਭ ਕੁਛ ਠੀਕ ਹੀ ਕਰ ਰਿਹਾ, ਸਾਹਮਣੇ ਵਾਲੇ ਦੀ ਗਲਤੀ ਹੈ ਜੀ। ਉਹਨੇ ਮੈਨੂੰ ਇੱਦਾਂ ਪੁੱਛਿਆ ਤਾਂ ਮੈਂ ਇੱਦਾਂ ਕਿਹਾ ਜੀ, ਉਹਨੇ ਮੇਰੇ ਨਾਲ ਇੱਦਾਂ ਕੀਤਾ ਤਾਂ ਮੈਂ ਉਹਦੇ ਨਾਲ ਇੱਦਾਂ ਕੀਤਾ। ਉਹਨੇ ਸ਼ੁਰੂਆਤ ਕੀਤੀ, ਉਹਨੇ ਸ਼ੁਰੂਆਤ ਕੀਤੀ, ਬਿਲਕੁਲ। ਉਹਨੇ ਮੈਨੂੰ ਇਹ ਕਿਹਾ ਤਾਂ ਹੁਣ ਅੱਗੇ ਜਵਾਬ ਕੀ ਦਿੰਦੀ? ਇਸ ਕਰਕੇ ਸਭ ਤੋਂ ਪਹਿਲਾਂ ਚੀਜ਼ ਕੀ ਹੈਗੀ ਹੈ, ਤੁਸੀਂ ਰੈਕਗਨਾਈਜ਼ ਕਰੋ ਕਿ ਇਟ ਡਜ਼ਨਟ ਮੈਟਰ ਕਿ ਸਾਹਮਣੇ ਵਾਲੇ ਦਾ ਐਕਸ਼ਨ ਕੀ ਹੈ, ਤੁਹਾਡਾ ਰਿਐਕਸ਼ਨ ਮੈਟਰ ਕਰਦਾ ਹੈ ਜੀ। ਤੁਹਾਡਾ ਰਿਐਕਸ਼ਨ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ, ਤੇ ਤੁਹਾਡੇ ਲਈ ਉਹੀ ਇੰਪੋਰਟੈਂਟ ਹੋਣੀ ਚਾਹੀਦੀ ਹੈ ਜੀ। ਸੋ ਇਹ ਬੜੀ ਵਾਰੀ ਇਹ ਚੀਜ਼ ਆਉਂਦੀ ਵੀ ਆ ਕਿ ਤੁਸੀਂ ਜਿੱਦਾਂ ਦਾ ਕਿਸੇ ਕੋਲੋਂ ਬਿਹੇਵੀਅਰ ਚਾਹੁੰਦੇ ਹੋ, ਜਿੱਦਾਂ ਦਾ ਆਨਸਰ ਤੁਸੀਂ ਕਿਸੇ ਕੋਲੋਂ ਚਾਹੁੰਦੇ ਜੇ, ਉਸੇ ਤਰ੍ਹਾਂ ਦਾ ਤੁਸੀਂ ਵੀ ਕਰੋ ਅੱਗੇ। ਬਿਲਕੁਲ ਜੀ, ਤੇ ਜੇ ਤੁਸੀਂ ਚਾਹੁੰਦੇ ਤੁਹਾਡੀ ਸੱਸ ਤੁਹਾਨੂੰ ਸਮਝ ਆਏ, ਤੁਹਾਡਾ ਪਹਿਲਾ ਸਟੈਪ ਹੈ ਕਿ ਤੁਸੀਂ ਆਪਣੇ ਆਪ ਨੂੰ ਸਮਝੋ ਤੇ ਉਹਨੂੰ ਸਮਝੋ ਜੀ, ਉਹਦੇ ਐਕਸ਼ਨ ਤੇ ਰਿਐਕਸ਼ਨ ਨਾ ਦਿਓ ਜੀ। ਤੇ ਜੇ ਤੁਸੀਂ ਆਪਣਾ ਰਿਐਕਸ਼ਨ ਕੰਟਰੋਲ ਕਰ ਲੋਗੇ ਨਾ, ਉਹਨਾਂ ਦੇ ਐਕਸ਼ਨ ਆਪੇ ਹੋ ਜਾਣੇ ਠੀਕ ਜੀ। ਸੋ ਇੱਕ ਚੀਜ਼ ਹੋਰ ਇਹਦੇ ਨਾਲ ਜਿਹੜੀ ਰਲਦੀ ਮਿਲਦੀ ਇਹ ਆ ਜਾਂਦੀ ਹੈ ਕਿ ਤੁਸੀਂ ਕਿਸੇ ਦੇ ਉੱਤੇ ਕਿਸੇ ਦੀ ਲਾਈਫ ਤੇ ਕੰਟਰੋਲ ਨਹੀਂ ਕਰ ਸਕਦੇ, ਤੁਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹੋ। ਬਿਲਕੁਲ ਜੀ, ਤੇ ਇਸ ਅਸੀਂ ਇਹਨੇ ਦਿਨਾਂ ਦੇ ਜਿਹੜਾ ਟੋਪਿਕ ਡਿਸਕਸ ਕਰ ਰਹੇ ਹਾਂ, ਹਰ ਵਾਰੀ ਅਸੀਂ ਇੱਕ ਚੀਜ਼ ਹਮੇਸ਼ਾ ਕਹੀਏ, ਦ ਰਿਸਪੋਂਸਿਬਿਲਿਟੀ ਲਾਈਜ਼ ਵਿਦ ਯੂ ਜੀ, ਸੈਲਫ ਐਨਾਲਿਸਿਸ, ਸੈਲਫ ਚੇਂਜ। ਕਿਉਂਕਿ ਸਿਰਫ ਇੱਕ ਚੀਜ਼ ਹੈ ਜਿਹਦੇ ਉੱਤੇ ਤੁਹਾਡਾ ਬਸ ਹੈ, ਬਾਕੀ ਹੋਰ ਲਾਈਫ 'ਚ ਕਿਸੇ ਚੀਜ਼ 'ਤੇ ਕੋਈ ਬਸ ਨਹੀਂ, ਤੁਹਾਡੇ ਆਪਣੇ ਮਨ ਅਤੇ ਦਿਮਾਗ 'ਤੇ। ਬਿਲਕੁਲ, ਅਤੇ ਜੇ ਤੁਸੀਂ ਆਪਣੇ ਮਨ ਨੂੰ, ਆਪਣੇ ਦਿਮਾਗ ਨੂੰ ਕਾਬੂ ਕਰਕੇ ਠੀਕ ਤਰ੍ਹਾਂ ਚਲਾਇਆ, ਕੋਈ ਵੱਡੀ ਤੋਂ ਵੱਡੀ ਪ੍ਰੋਬਲਮ, ਵੱਡੇ ਤੋਂ ਵੱਡੇ ਇਸ਼ੂਜ਼, ਹਰ ਚੀਜ਼ ਸੋਲਟ ਹੋ ਸਕਦੀ ਹੈ ਜੀ। ਇਹੋ ਹੀ ਸਭ ਤੋਂ ਔਖਾ ਹੈ ਅਤੇ ਇਹੋ ਹੀ ਸੌਖਾ ਹੈ। ਅਤੇ ਅਸੀਂ ਇਹੀ ਗੱਲ ਕਰਦੇ ਹਾਂ ਹਮੇਸ਼ਾ ਕਿ ਜਿਹੜਾ ਬੈਡ ਬਿਹੇਵੀਅਰ ਵੀ ਹੈ, ਇਟ ਸਟਾਰਟਸ ਵਿਦ ਯੂ ਐਂਡ ਇਟ ਐਂਡਸ ਵਿਦ ਯੂ, ਇਟ ਇਜ਼ ਨੋਟ ਅ ਥਰਡ ਪਰਸਨ ਇਨਵੋਲਵਡ ਹੈ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਸੋ ਕਿੱਦਾਂ ਤੁਸੀਂ ਕੀ ਸੋਚਦੇ ਹੋ, ਕਿਹੜੇ ਉਹ ਤਰੀਕੇ ਨੇ ਜਿਹੜੇ ਆਪਾਂ ਪਰਿਵਾਰ ਤੋਂ ਹੀ ਸ਼ੁਰੂ ਕਰਦੇ ਹਾਂ, ਕਿਉਂਕਿ ਆਪਣੇ ਉਹ ਆਉਂਦੇ ਹੁੰਦੇ ਘਰ ਤੋਂ ਜਿਹੜੀਆਂ ਚੀਜ਼ਾਂ ਸ਼ੁਰੂ ਹੋ ਜਾਣ, ਉਹ ਬਾਹਰ ਆਪਣੇ ਆਪ ਹੀ ਆ ਜਾਂਦੀਆਂ ਨੇ ਸਾਡੇ ਵਿੱਚ। ਸੋ ਆਪਾਂ ਆਪਣੇ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਕਿੱਦਾਂ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਦੇ ਸਕਦੇ ਹਾਂ ਅਤੇ ਕਿੱਦਾਂ ਉਹਨਾਂ ਨੂੰ ਆਪਾਂ ਸਹੀ ਕਰ ਸਕਦੇ ਹਾਂ? 3 ਇੰਪੋਰਟੈਂਟ ਸਟੈਪਸ ਹੁੰਦੇ ਨੇ ਵੈਨ ਯੂ ਕਮ ਟੂ ਬੈਡ ਬਿਹੇਵੀਅਰ। ਪਹਿਲਾਂ ਤਾਂ ਹੈ ਵਾਈ ਟੂ ਚੇਂਜ, ਇਹ ਬਹੁਤ ਵੱਡਾ ਕੁਐਸਚਨ ਹੈ। ਚੇਂਜ ਕਰੀਏ ਕਿਉਂ? ਕਿਉਂ ਕਰੀਏ? ਠੀਕ ਹੈ, ਹੈਗਾ ਤਾਂ ਹੈਗਾ, ਕਿਉਂ ਕਰੀਏ? ਮੇਰੀ ਅਣਖ ਹੈ, ਮੇਰੀ ਸੈਲਫ ਰਿਸਪੈਕਟ ਹੈ, ਮੇਰਾ ਰੁਤਬਾ ਹੈ ਕਾਰਜ ਜੀ, ਕਈ ਰੀਜ਼ਨਸ ਨੇ। ਪਰ ਜੇ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ, ਸਭ ਤੋਂ ਪਹਿਲਾ ਕੁਐਸਚਨ ਸਾਨੂੰ ਇਹ ਪੁੱਛਣਾ ਚਾਹੀਦਾ, ਵਾਈ? ਕਿਆ ਮੇਰੇ ਲਈ ਇਹ ਰਿਸ਼ਤਾ ਬਹੁਤ ਇੰਪੋਰਟੈਂਟ ਹੈ ਜੀ? ਕਿਆ ਮੇਰੇ ਲਈ ਇਹ ਰਿਸ਼ਤਾ ਮੇਰੇ ਅਹਿਮ ਤੋਂ ਇੰਪੋਰਟੈਂਟ ਹੈ, ਮੇਰੇ ਰੁਤਬੇ ਤੋਂ ਇੰਪੋਰਟੈਂਟ ਹੈ? ਜੇ ਇੰਪੋਰਟੈਂਟ ਹੈ ਤਾਂ ਫਿਰ ਮੈਨੂੰ ਬਦਲਣਾ ਪਏਗਾ ਜੀ, ਅਤੇ ਜੇ ਨਹੀਂ ਇੰਪੋਰਟੈਂਟ ਹੈ ਤਾਂ ਫਿਰ ਪ੍ਰੋਬਲਮ ਹੀ ਖਤਮ ਹੋ ਗਈ, ਤਾਂ ਫਿਰ ਬਿਹੇਵੀਅਰ ਦੇਣਾ ਕਿਉਂ ਹੈ? ਕਿਉਂਕਿ ਜੇ ਉਹ ਚੀਜ਼ ਇੰਪੋਰਟੈਂਟ ਨਹੀਂ ਹੈ ਤੇ ਉਹਦੇ ਉੱਤੇ ਰਿਐਕਸ਼ਨ ਦੇਣ ਦਾ ਫਾਇਦਾ ਨਹੀਂ ਹੈ ਜੀ। ਇਟ ਇਜ਼ ਅ ਵੈਰੀ ਸਿੰਪਲ ਕੁਐਸਚਨ, ਪਰ ਇਹਦਾ ਆਨਸਰ 'ਚ ਲਾਈਜ਼ ਐਵਰੀਥਿੰਗ ਦੈਟ ਯੂ ਨੀਡ ਟੂ ਡੂ। ਜੇ ਕਿਸੇ ਫਰੈਂਡ ਦੇ ਨਾਲ ਤੁਹਾਨੂੰ ਮਿਲਣਾ ਚੰਗਾ ਨਹੀਂ ਲੱਗਦਾ ਤੇ ਉਹਦੇ ਨਾਲ ਮਿਲ ਕੇ ਹਮੇਸ਼ਾ ਤੁਸੀਂ ਬਦਤਮੀਜ਼ੀ ਕਰਨੀ ਹੈ, ਦੈਨ ਵਾਈ ਚੇਂਜ? ਯੂ ਸਟਾਪ ਮੀਟਿੰਗ ਦੈਟ ਪਰਸਨ, ਤੁਹਾਨੂੰ ਚੇਂਜ ਹੋਣ ਦੀ ਲੋੜ ਹੀ ਨਹੀਂ ਹੈ, ਘੱਟ ਮਿਲੋ, ਜ਼ਰੂਰਤ ਹੀ ਨਹੀਂ ਹੈ ਨਾ, ਕਿਉਂਕਿ ਉਹ ਚੀਜ਼ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈ। ਉੱਥੇ ਵੀ ਬੈਡ ਬਿਹੇਵੀਅਰ ਖਤਮ ਹੋ ਗਿਆ, ਕਿਉਂਕਿ ਉਹ ਤੁਸੀਂ ਵਾਈ ਚੇਂਜ ਕਰਤਾ ਕਿ ਮੈਨੂੰ ਜ਼ਰੂਰਤ ਨਹੀਂ, ਜੇ ਇਹਦੇ ਨਾਲ ਮਿਲ ਕੇ ਮੈਂ ਬਦਤਮੀਜ਼ੀ ਕਰਨੀ ਹੈ ਤਾਂ ਫਿਰ ਇਹਦੇ ਨਾਲ ਮਿਲ ਕੇ ਫਾਇਦਾ ਨਹੀਂ ਹੈ, ਆਈ ਡੋਂਟ ਨੀਡ ਟੂ ਟੇਕ ਦ ਨੈਕਸਟ ਟੂ ਸਟੈਪਸ। ਫਿਰ ਉਹ ਫਰੈਂਡ ਨਹੀਂ ਹੈ, ਫਿਰ ਆਪਾਂ ਇਹ ਕਹੀਏ ਵੀ ਫਿਰ ਉਹ ਅਸੀਂ ਉਸ ਰਿਸ਼ਤੇ ਨੂੰ ਨਾ ਦੇਤਾ ਵਾ ਕਿ ਇਹ ਸਾਡਾ ਫਰੈਂਡ ਆ, ਪਰ ਅਸਲ ਦੇ ਵਿੱਚ ਜਿੱਥੇ ਤੁਹਾਡੇ ਦਿਲ ਦੀਆਂ ਤਾਰਾਂ ਹੀ ਨਹੀਂ ਮਿਲੀਆਂ, ਉਹ ਫਿਰ ਯਾਰੀ ਦੋਸਤੀ ਨਹੀਂ, ਉਹ ਕੁਝ ਹੋਰ ਆ, ਉਹ ਮਜਬੂਰੀ ਹੈ, ਜਾਂ ਫਿਰ ਤੁਹਾਡਾ ਕੋਈ ਨੈਟਵਰਕਿੰਗ ਰੀਜ਼ਨ ਹੈ, ਜਾਂ ਫਿਰ ਉਹਦੇ ਬਿਨਾਂ ਕੰਮ ਨਹੀਂ ਸਰ ਸਕਦਾ। ਪਰ ਜੇ ਕੰਮ ਨਹੀਂ ਸਰ ਸਕਦਾ, ਦੈਨ ਦੈਟ ਆਨਸਰਸ ਦ ਵਾਈ ਜੀ। ਇੱਕ ਵਾਈ ਪੁੱਛਣ ਨਾਲ ਹੀ ਤੁਹਾਡੀ ਅੱਧੀ ਪ੍ਰੋਬਲਮਸ ਠੀਕ ਹੋ ਜਾਣਗੀਆਂ ਕਿ ਵੀ ਮੈਂ ਕਿਉਂ ਬਦਲਾਂ। ਬਿਲਕੁਲ ਠੀਕ ਹੈ, ਅਸੀਂ ਇਹ ਪੁੱਛਦੇ ਨਹੀਂ ਹਾਂ ਆਪਣੇ ਆਪ ਨੂੰ ਸਹੀ ਕਿ ਕਿਸ ਲਈ ਬਦਲਣਾ ਜੀ। ਜੇ ਤੁਸੀਂ ਅਸੀਂ ਹਲੇ ਗੱਲ ਘਰ ਦੀ ਕਰ ਰਹੇ ਸੀ, ਅਸੀਂ ਸੱਸ ਨੂੰ ਦੀ ਗੱਲ ਕਰਦੇ ਹਾਂ, ਯੂ ਹੈਵ ਟੂ ਆਸਕ ਯੋਰ ਸੈਲਫ ਵਾਈ ਸ਼ੁਡ ਆਈ ਚੇਂਜ, ਕਿਉਂਕਿ ਉਹ ਤੇਰੇ ਪਤੀ ਦੀ ਮਾਂ ਹੈ, ਜਾਂ ਜੇ ਪਤੀ ਸੁਣ ਰਹੇ ਇਹ ਤੁਹਾਡੀ ਵੋਟੀ ਦੀ ਮਾਂ ਹੈ ਜੀ, ਤੁਹਾਨੂੰ ਵੋਟੀ ਪਿਆਰੀ ਹੈ, ਤੁਹਾਨੂੰ ਘਰ ਦੀ ਸ਼ਾਂਤੀ ਪਿਆਰੀ ਹੈ, ਤੇ ਫਿਰ ਉਹ ਵੀ ਪਿਆਰੇ ਨੇ। ਯੂ ਹੈਵ ਟੂ ਐਕਸੈਪਟ ਦ ਫੈਕਟ ਦੈਟ ਦੇ ਆਰ ਅ ਪਾਰਟ ਆਫ ਯੋਰ ਲਾਈਫ, ਐਂਡ ਦੈਟ ਇਜ਼ ਵਾਈ ਯੂ ਨੀਡ ਟੂ ਚੇਂਜ। ਯੂ ਕਾਂਟ ਚੇਂਜ ਦੈਮ, ਉਹਨਾਂ ਨੂੰ ਨਹੀਂ ਤੁਸੀਂ ਬਦਲ ਸਕਦੇ। ਸੋ ਤੁਹਾਨੂੰ ਆਪ ਨੂੰ ਲੱਭਣਾ ਪਊਗਾ, ਆਪਣੇ ਆਪ ਨੂੰ ਜੀ। ਪਹਿਲਾਂ ਤਾਂ ਵਾਈ ਹੋ ਗਿਆ ਤੁਹਾਡਾ,
ਅੰਦਰ ਹੀ ਅੰਦਰ ਕਿਤੇ ਨਾ ਕਿਤੇ ਇਹਦਾ ਆਨਸਰ ਸਾਰਿਆਂ ਨੂੰ ਪਤਾ ਹੈ। ਲੋਕੀ ਕਹਿੰਦੇ ਨਾ ਮੈਨੂੰ ਨੀ ਪਤਾ ਕਿੱਦਾਂ ਬਦਲਣਾ, ਮੈਨੂੰ ਦਾਰੂ ਪੀਣੀ ਚੰਗੀ ਲੱਗਦੀ, ਇੱਕ ਬੰਦਾ ਕਹਿੰਦਾ ਹਾਂਜੀ ਠੀਕ ਹੈ, ਵਾਈ ਟੂ ਚੇਂਜ, ਕਿਉਂਕਿ ਮੇਰੀ ਹੈਲਥ ਖਰਾਬ ਹੋ ਰਹੀ ਹੈ ਜੀ, ਹਾਊ ਟੂ ਚੇਂਜ, ਦਾਰੂ ਪੀਣੀ ਛੱਡਣੀ ਪੈਣੀ ਹੈ ਜੀ, ਇਹ ਤਾਂ ਹੈ ਨੀ ਕਿ ਦਾਰੂ ਨਾਲ ਮੈਂ 3 ਗੋਲੀਆਂ ਬੀਪੀ ਦੀ ਖਾਣਾ ਤਾਂ ਮੈਂ ਠੀਕ ਹੋ ਜਾਵਾਂਗਾ। ਸਹੀ, ਐਵਰੀਬਡੀ ਨੋਜ਼ ਹਾਊ ਟੂ ਚੇਂਜ, ਸੱਸ ਨਾਲ ਲੜਾਈ ਹੁੰਦੀ ਹੈ, ਵਾਈ ਟੂ ਚੇਂਜ, ਸੱਸ ਇੰਪੋਰਟੈਂਟ ਹੈ, ਹਾਊ ਟੂ ਚੇਂਜ, ਇਗਨੋਰ ਕਰ ਦੋ, ਰਿਐਕਸ਼ਨ ਦੇਣਾ ਬੰਦ ਕਰ ਦੋ ਜੀ। ਉਹਦੇ ਤਰੀਕੇ ਹੀ ਹੈ ਨਾ, ਕਈ ਤਰੀਕੇ ਨੇ, ਕਈ ਇਹ ਤਰੀਕੇ ਲੱਭਦੇ ਆ ਵੀ ਨਹੀਂ ਆਪਾਂ ਵੱਖ ਰਹਿ ਲੈਣਾ, ਆਪਾਂ ਇਹ ਕਰ ਦੇਣਾ ਉਹ ਕਰ ਦੇਣਾ, ਪਰ ਉਹਦੇ ਨਾਲ ਤੁਹਾਡੀ ਪ੍ਰੋਬਲਮ ਜਿਹੜੀ ਆ ਉਹ ਸੋਲਵ ਨਹੀਂ ਹੋਈ, ਤੁਸੀਂ ਪ੍ਰੋਬਲਮ ਤੋਂ ਭੱਜ ਗਏ ਜੀ, ਤੁਸੀਂ ਉੱਥੇ ਮਿੱਟੀ ਪਾਈ ਹੈ, ਮਿੱਟੀ ਪਾਈ ਹੈ ਤੇ ਉਹ ਫੇਰ ਕੱਲ ਜੇ ਵੱਖ ਹੋ ਜਾਓਗੇ ਤੇ ਸੱਸ ਨੇ ਥੋੜਾ ਬਦਲ ਗਏ ਨਾ, ਤੁਸੀਂ ਬਦਲ ਗਏ, ਤੁਸੀਂ ਉਹ ਰਿਸ਼ਤਾ ਹੀ ਚੇਂਜ ਕਰਤਾ ਜੀ, ਦੈਟ ਇਜ਼ ਨਾਟ ਦ ਰਾਈਟ ਵੇ, ਯੂ ਨੋ ਹਾਊ ਟੂ ਚੇਂਜ। ਬੜੇ ਲੋਕੀ ਕਹਿੰਦੇ ਸਭ ਤੋਂ ਸਾਡੀ ਵੱਡੀ ਪ੍ਰੋਬਲਮ ਪਤਾ ਕੀ ਹੈ, ਮੈਨੂੰ ਪਤਾ ਨਹੀਂ ਕੀ ਕਰਨਾ, ਤੇ ਤੁਸੀਂ ਮੰਨੋਗੇ ਇਨ ਕਾਉਂਸਲਿੰਗ 5 ਮਿੰਟ ਅਸੀਂ ਗੱਲ ਕਰਦੇ ਹਾਂ ਤੇ ਉਹ ਆਪੇ ਦੱਸ ਰਹੇ ਹੁੰਦੇ ਆ ਕਿ ਜੇ ਮੈਂ ਇਹ ਕਰਦਾ ਤਾਂ ਸਭ ਠੀਕ ਹੋ ਜਾਏਗਾ, ਜੇ ਮੈਂ ਇਹ ਕਰਦਾ ਤੇ ਸਭ ਠੀਕ ਹੋ ਜਾਏਗਾ। ਐਵਰੀਬਡੀ ਨੋਜ਼ ਰਣਜੋਤ ਜੀ ਹਾਊ ਟੂ ਚੇਂਜ, ਸਹੀ, ਹਰ ਇੱਕ ਨੂੰ ਪਤਾ, ਸਭ ਨੂੰ ਪਤਾ ਆਨਸਰ ਸਾਡੇ ਅੰਦਰ ਪਏ ਹੁੰਦੇ ਜੀ, ਪਰ ਤੁਹਾਨੂੰ ਪਤਾ ਸਭ ਤੋਂ ਔਖਾ ਸਟੈਪ ਕੀ ਹੈਗਾ? ਹਾਂਜੀ, ਤੇ ਜਿਹੜਾ ਸਭ ਨੂੰ ਲੱਗਦਾ ਕਿ ਬੜਾ ਹੀ ਸੌਖਾ ਸਟੈਪ ਹੈ ਜੀ, ਉਹ ਹੈਗਾ ਵਾਂਟ ਟੂ ਚੇਂਜ। ਓਕੇ, ਡੂ ਯੂ ਰੀਅਲੀ ਵਾਂਟ ਟੂ ਚੇਂਜ? ਯੂ ਡੋਂਟ ਵਾਂਟ ਟੂ ਚੇਂਜ ਰਣਜੋਤ ਜੀ, ਸਹੀ। ਲੋਕ ਵੱਡੇ ਵੱਡੇ ਲੋਕਾਂ ਨੂੰ ਕਾਉਂਸਲਿੰਗ ਦੀ ਕਿਉਂ ਲੋੜ ਪੈਂਦੀ ਹੈ? ਕਿਉਂਕਿ ਉਹ ਮੋਟੀਵੇਸ਼ਨ ਨਹੀਂ ਹੈ, ਦੇ ਡੋਂਟ ਵਾਂਟ ਟੂ ਚੇਂਜ ਦ ਬਿਹੇਵੀਅਰ, ਉਹਨਾਂ ਨੂੰ ਆਪਣੀ ਰੂਟੀਨ ਨਹੀਂ ਚੇਂਜ ਕਰਨੀ, ਉਹਨਾਂ ਨੂੰ ਆਪਣਾ ਜਿਹੜਾ, ਕਿਉਂਕਿ ਪਤਾ ਕੀ ਹੁੰਦਾ, ਬੈਡ ਬਿਹੇਵੀਅਰ ਇੱਕ ਲੱਤ ਹੈਗੀ ਹੈ, ਇਟ ਇਜ਼ ਮੋਰ, ਜਿਵੇਂ ਕਹਿੰਦੇ ਨਾ ਦਾਰੂ ਦੀ ਲੱਤ ਹੈ, ਉਸ ਤੋਂ ਜ਼ਿਆਦਾ ਵੀ ਨਸ਼ਾ ਬੈਡ ਬਿਹੇਵੀਅਰ ਦਾ ਹੁੰਦਾ, ਕਿਉਂਕਿ ਬੈਡ ਬਿਹੇਵੀਅਰ 'ਚ ਕਰਨਾ ਕੀ ਹੁੰਦਾ, ਮਨ ਨੂੰ ਨਹੀਂ ਸੋਚਣਾ, ਦਿਮਾਗ ਨੂੰ ਨਹੀਂ ਸੋਚਣਾ, ਸਿਰਫ ਬੋਲ ਦੇਣਾ, ਉਹ ਬੜਾ ਸੌਖਾ ਕੰਮ ਹੈ, ਸੋਚਣਾ ਹੀ ਨਹੀਂ, ਅਤੇ ਰਿਸਪੋਂਸਿਬਿਲਟੀ ਕਿਸੇ ਹੋਰ 'ਤੇ ਪਾ ਦੇਣੀ ਹੈ ਤਾਂ ਕਿ ਬੁਰਾ ਨਾ ਲੱਗੇ, ਹੋਰ 'ਚ ਨੁਕਸ ਲੱਭਣੇ ਆਪਣੇ 'ਚ। ਯੂ ਜਸਟੀਫਾਈ ਬੈਡ ਬਿਹੇਵੀਅਰ, ਬੈਡ ਬਿਹੇਵੀਅਰ ਤਾਂ ਹੁੰਦਾ ਜਦੋਂ ਤੁਸੀਂ ਉਹਨੂੰ ਜਸਟੀਫਾਈ ਕਰ ਸਕੋ, ਜੇ ਤੁਸੀਂ ਜਸਟੀਫਾਈ ਨਹੀਂ ਕਰ ਸਕੋਗੇ ਤੁਸੀਂ ਕਦੀ ਮਾੜਾ ਕਰ ਨਹੀਂ ਸਕੋਗੇ, ਕਿਉਂਕਿ ਤੁਹਾਡੀ ਆਤਮਾ ਕਰਨ ਨਹੀਂ ਦੇਗੀ। ਤੁਸੀਂ ਆਪਣੀ ਆਤਮਾ ਨੂੰ ਕਿੱਦਾਂ ਮਨਾਓਗੇ? ਇਹ ਕਹਿ ਕੇ ਕਿ ਉਹਨੇ ਮੈਨੂੰ ਇਹ ਕਿਹਾ, ਉਹਨੇ ਮੇਰੇ ਨਾਲ ਇੱਦਾਂ ਕੀਤਾ ਤੇ ਮੈਂ ਬਿਲਕੁਲ ਠੀਕ ਕੀਤਾ। ਤਾਂ ਤੁਹਾਨੂੰ ਪਤਾ ਰਣਜੋਤ ਜੀ, ਇਟਸ ਕੁਆਇਟ ਫਨੀ, ਬਟ ਤੁਹਾਡੇ ਬੈਡ ਬਿਹੇਵੀਅਰ ਨੂੰ ਵਾਧਾ ਕੌਣ ਦਿੰਦਾ? ਤੁਹਾਡੇ ਆਲੇ ਦੁਆਲੇ ਦੇ ਲੋਕ। ਤੂੰ ਬਿਲਕੁਲ ਠੀਕ ਕੀਤਾ, ਤੇਰੇ 'ਚ ਤਾਂ ਬੜੀ ਹਿੰਮਤ ਹੈ, ਤੂੰ ਇਹ ਕਹਿਤਾ, ਮੈਂ ਤਾਂ ਕਹਿ ਨਹੀਂ ਸਕਦਾ ਸੀ, ਪਰ ਜੇ ਤੁਸੀਂ ਆਸੇ ਪਾਸੇ ਦੇਖੋਗੇ ਨਾ, ਉਹ ਸਟੈਂਪ ਲਾ ਦਿੰਦੇ ਨੇ ਤੁਹਾਡੇ ਬੈਡ ਬਿਹੇਵੀਅਰ 'ਤੇ ਜੀ, ਅਤੇ ਤੁਸੀਂ ਉਹਨਾਂ ਲੋਕਾਂ 'ਚ ਜਦੋਂ ਤੁਸੀਂ ਦੇਖੋਗੇ ਨਾ, ਕਹਿੰਦੇ ਸੰਗਤ ਦਾ ਅਸਰ, ਉਹ ਕਿਉਂ ਕਹਿੰਦੇ ਨੇ? ਲੋਕ ਉਹਨਾਂ ਦੇ ਵਿੱਚ ਹੀ ਜਾ ਕੇ ਰਹਿਣਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਬੈਡ ਬਿਹੇਵੀਅਰ 'ਤੇ ਸਟੈਂਪ ਲਾਉਣਗੇ, ਉਹ ਕਦੇ ਉਹਦੇ ਵਿੱਚ ਨਹੀਂ ਜਾ ਕੇ ਬਹਿਣਗੇ ਜਿਹਨੂੰ, ਜਿਹੜਾ ਉਹਨੂੰ ਮਤਲਬ ਨਾ ਸਿੱਖ ਦੇਗਾ ਕਿ ਇਹ ਤੇਰਾ ਗਲਤ ਹੈ ਜੀ। ਇੱਕ ਦਿਨ ਮਿਲੇਗਾ, ਦੂਜੇ ਦਿਨ ਕਹੇਗਾ ਇਹ ਤਾਂ ਮੈਨੂੰ ਮਾੜਾ ਹੀ ਸਮਝਦਾ, ਇੱਥੇ ਨਹੀਂ ਜਾਣਾ ਮੈਂ। ਬੈਡ ਬਿਹੇਵੀਅਰ ਇਜ਼ ਅ ਨੇਚਰ, ਇਟਸ ਅ ਵੇ ਆਫ ਲਾਈਫ ਜੀ, ਇਟ ਹੈਜ਼ ਗੋਟ ਨਥਿੰਗ ਟੂ ਡੂ ਵਿਦ ਯੋਰ ਰਿਐਕਸ਼ਨ, ਸਾਹਮਣੇ ਵਾਲਾ ਠੀਕ ਹੈ ਕਿ ਨਹੀਂ, ਕੀ ਹੈਗਾ, ਤੁਹਾਡੇ ਆਪਣੇ ਦਿਮਾਗ ਦੀ ਉਮਰ 'ਚ ਹੈ, ਤੁਹਾਡੇ ਲਈ ਇੱਕ ਈਜ਼ੀ ਵੇ ਆਊਟ ਆਫ ਲਾਈਫ ਹੈ, ਅਤੇ ਤੁਹਾਨੂੰ ਉਹਦੀ ਲੱਤ ਲੱਗ ਜਾਂਦੀ ਹੈ। ਵਾਹ, ਸਹੀ ਗੱਲ ਹੈ ਦੀਪਿਕਾ ਜੀ, ਇਹ ਜਦੋਂ ਆਪਾਂ ਇਸ ਪੁਆਇੰਟ ਦੇ ਉੱਤੇ ਆਉਂਦੇ ਹਾਂ ਤਾਂ ਵਾਕਈ ਇੱਕ ਸੱਚਾਈ ਹੈ, ਇਹ ਹਰ ਇੱਕ ਇਨਸਾਨ ਦੇ ਨਾਲ ਹੁੰਦੀ ਆ, ਹਰ ਇੱਕ ਇਨਸਾਨ ਦੇ ਨਾਲ ਵਾਪਰਦੀ ਆ, ਅਤੇ ਇਹਦੇ ਤੋਂ ਸ਼ਾਇਦ ਆਪਾਂ ਭੱਜ ਨਹੀਂ ਸਕਦੇ। ਸੋ ਬਿਹੇਵੀਅਰ ਹੈਗਾ ਵੀ ਬਹੁਤ ਇੰਪੋਰਟੈਂਟ ਹੈ ਜੀ, ਤੁਹਾਡਾ ਸਾਰੀਆਂ ਗੱਲਾਂ ਬਾਤਾਂ ਸ਼ੁਰੂ ਹੀ ਇਸ ਤੋਂ ਹੁੰਦੀਆਂ ਨੇ। ਹੁਣ ਆਪਾਂ ਮਿੰਟ ਦੇ ਵਿੱਚ ਰਿਲੇਸ਼ਨ ਵਿਗਾੜਨੇ ਹੋਣ ਜੀ, ਅਤੇ ਕੋਈ ਵੱਡੀ ਗੱਲ ਨਹੀਂ, ਆਪਾਂ ਵਿਗਾੜ ਕੇ ਅੱਗੇ ਤੁਰ ਸਕਦੇ ਹਾਂ, ਪਰ ਸਾਨੂੰ ਇਹ ਸਭ ਤੋਂ ਪਹਿਲਾਂ ਤਾਂ ਇਹ ਵੇਖਣਾ ਪਊਗਾ ਕਿ ਆਪਾਂ ਕਿਹਦੇ ਕਿਹਦੇ ਨਾਲ ਰੱਖਣਾ ਚਾਹੁੰਦੇ ਹਾਂ, ਕਿਉਂ ਰੱਖਣੇ ਅਤੇ ਕਿਉਂ ਇੰਪੋਰਟੈਂਟ ਕਿਉਂ ਜੀ, ਅਤੇ ਆਪਾਂ ਉਹ ਕੈਰੀ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਮੇਰੇ ਖਿਆਲ ਦੇ ਨਾਲ ਸਾਨੂੰ ਦਾਇਰਾ ਚਾਹੇ ਲਿਮਿਟਿਡ ਕਰ ਲਿਆ ਜਾਵੇ, ਕਿਉਂਕਿ ਉਹ ਜੇ ਵੱਡੇ ਦਾਇਰੇ ਦੇ ਵਿੱਚ ਆਪਾਂ ਮੈਨੇਜ ਨਹੀਂ ਕਰ ਪਾ ਰਹੇ, ਆਪਾਂ ਇੰਨਾ ਵੱਡਾ ਫਰੈਂਡ ਸਰਕਲ, ਇੰਨਾ ਜ਼ਿਆਦਾ ਫੈਮਿਲੀ, ਦਿਸ ਐਂਡ ਦੈਟ ਬਿਜ਼ਨਸ, ਆਪਾਂ ਜੇ ਨਹੀਂ ਕਰ ਪਾ ਰਹੇ ਤਾਂ ਆਪਾਂ ਨੂੰ ਰਿਲੇਸ਼ਨ ਖਰਾਬ ਕਰਨ ਦੀ ਬਜਾਏ ਉਹ ਦਾਇਰਾ ਥੋੜ੍ਹਾ ਜਿਹਾ ਘਟਾ ਲੈਣਾ ਚਾਹੀਦਾ। ਬਹੁਤ ਵੱਡੀ ਗੱਲ ਹੈ, ਕਿਉਂਕਿ ਕੁਆਂਟਿਟੀ ਡਜ਼ਨਟ ਮੈਟਰ, ਕੁਆਲਿਟੀ ਡਜ਼ ਜੀ। ਤੁਸੀਂ ਸਮਾਨ ਵੀ ਲੈਣ ਜਾਂਦੇ ਹੋ, ਸਸਤਾ ਸਸਤਾ ਸਮਾਨ ਬਹੁਤ ਸਾਰਾ ਚੱਕ ਲਓ, ਉਹ ਜ਼ਿਆਦਾ ਦਿਨ ਨਹੀਂ ਚੱਲੇਗਾ। ਤੁਸੀਂ ਇਨਵੈਸਟ ਕਰੋ, ਇੱਕ ਵਾਰੀ ਇਨਵੈਸਟ ਕਰੋ ਤੇ ਚੰਗੀ ਚੀਜ਼ ਲਓ ਤੇ ਉਹ ਬਹੁਤ ਦੇਰ ਚੱਲਦੀ ਹੈ। ਸਹੀ, ਰਿਸ਼ਤੇ ਵੀ ਇਦਾਂ ਦੇ ਹੀ ਹੁੰਦੇ ਨੇ ਜੀ, ਚਲਦੇ ਭੱਜਦੇ ਫਰੈਂਡਸ ਬਣਾ ਲਓ, ਉਹ ਤੁਹਾਨੂੰ ਨੁਕਸਾਨ ਹੀ ਕਈ ਵਾਰੀ ਦੇ ਕੇ ਜਾਂਦੇ, ਬਿਕੋਜ਼ ਤੁਹਾਡੀ ਵੇਵਲੈਂਥ ਮੈਚ ਨਹੀਂ ਕਰਦੀ, ਵੈਲਿਊਜ਼ ਮੈਚ ਨਹੀਂ ਕਰਦੀ, ਪ੍ਰਿੰਸੀਪਲਸ ਮੈਚ ਨਹੀਂ ਕਰਦੇ, ਤੇ ਉਹ ਕਿਤੇ ਨਾ ਕਿਤੇ ਕੁਝ ਐਸਾ ਜਾਂ ਤਾਂ ਕਹਿ ਜਾਣਗੇ ਜਾਂ ਕੁਝ ਕਰ ਜਾਣਗੇ ਜਿਹੜਾ ਜਿਹਦੇ ਇਫੈਕਟਸ ਲੌਂਗ ਲਾਸਟਿੰਗ ਰਹਿਣਗੇ ਬਿਲਕੁਲ, ਤੇ ਉਹਦਾ ਫਾਇਦਾ ਨਹੀਂ।
ਕੋਈ ਫਾਇਦਾ ਨਹੀਂ। ਅਸਲ ਚ ਪਹਿਲਾਂ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਖੁਸ਼ਾਮਦ ਦੀ, ਮੈਂ ਵਾਪਸ ਉੱਤੇ ਆਉਣਾ ਕਿ ਤੁਸੀਂ ਆਪਾਂ ਜਦੋਂ ਸਾਡੇ ਆਸ ਪਾਸ ਵਾਲੇ ਲੋਕ ਸਾਨੂੰ ਉਸ ਚੀਜ਼ ਦੇ ਉੱਤੇ ਸਟੈਂਪ ਲਾ ਰਹੇ ਹੁੰਦੇ ਆ ਨਾ ਕਿ ਨਹੀਂ ਤੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਕੀਤਾ ਤੂੰ, ਇੱਦਾਂ ਹੀ ਕਰਨਾ ਚਾਹੀਦਾ ਸੀ, ਇਹ ਇਸੇ ਲਾਇਕ ਹੈ, ਇਹ ਹਰ ਇੱਕ ਬੰਦੇ ਦੇ ਨਾਲ ਇੱਦਾਂ ਹੀ ਕਰਦਾ, ਅਸਲ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਸਾਡੇ ਆਪਣੇ ਲਈ ਨੁਕਸਾਨ ਵਾਲੀ ਗੱਲ ਹੁੰਦੀ। ਬਿਲਕੁਲ ਜੀ, ਕਿਉਂਕਿ ਉਹ ਸਾਡਾ ਜਿਹੜਾ ਬਿਹੇਵੀਅਰ ਹੈ ਸਾਨੂੰ ਪਤਾ ਹੁੰਦਾ ਕਿ ਆਪਾਂ ਗਲਤ ਕਰਕੇ ਆਏ ਹਾਂ, ਪਰ ਫਿਰ ਵੀ ਸ਼ਾਇਦ ਉਹ ਫੋਰ ਟਾਈਮ ਬੀਇੰਗ ਸਾਨੂੰ ਉਹ ਸੁਣ ਕੇ ਚੀਜ਼ਾਂ ਚੰਗੀਆਂ ਲੱਗਦੀਆਂ, ਅਤੇ ਉਸ ਟਾਈਮ ਦੇ ਉੱਤੇ ਜਿਹੜਾ ਬੰਦਾ ਸਾਨੂੰ ਇਹ ਕਹਿੰਦਾ ਕਿ ਨਹੀਂ ਇਹ ਗਲਤ ਹੈ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਨਹੀਂ, ਕਿਉਂਕਿ ਤੁਸੀਂ ਬੈਡ ਬਿਹੇਵੀਅਰ ਕਰਦੇ ਇਸ ਕਰਕੇ ਹੋ, ਉਹਨਾਂ ਲੋਕਾਂ ਕੋਲ ਜਾਂਦੇ ਇਸ ਕਰਕੇ ਹੋ ਕਿ ਉਹ ਜਸਟੀਫਾਈ ਕਰਨ। ਬਿਲਕੁਲ, ਸੋ ਇੱਕ ਜਿਹੜੀ ਪੁਰਾਣੇ ਸਮੇਂ ਦੀ ਜੇ ਆਪਾਂ ਗੱਲ ਕਰੀਏ, ਮੈਂ ਪਹਿਲਾਂ ਵੀ ਇੱਕ ਦਿਨ ਕਰ ਰਿਹਾ ਸੀ ਮੈਂ ਸਾਂਝੀ ਆਪਣੇ ਸਰੋਤਿਆਂ ਦੇ ਨਾਲ, ਕਹਿੰਦੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਪੋਲਿਟਿਕਸ ਹੁੰਦੀ ਸੀ ਨਾ, ਪੋਲਿਟਿਕਸ ਦੀ ਅੱਜ ਕੱਲ੍ਹ ਕਾਫ਼ੀ ਬੋਲਬਾਲਾ ਰਹਿੰਦਾ, ਅਤੇ ਪੁਰਾਣੇ ਸਮੇਂ ਦੀ ਪੋਲਿਟਿਕਸ ਦੇ ਵਿੱਚ ਰਾਜੇ ਮਹਾਰਾਜੇ ਜਿਹੜੇ ਸੀ ਉਹਨਾਂ ਦਾ ਜਿਹੜਾ ਇੱਕ ਮੰਤਰੀ ਮੰਡਲ ਹੁੰਦਾ ਸੀ, ਜਿਹੜੇ ਉਹਨਾਂ ਦੇ ਆਸ ਪਾਸ ਲੋਕ ਰਹਿੰਦੇ ਸੀ, ਜਿਹੜਾ ਕੈਬਨਿਟ ਹੁੰਦਾ ਸੀ, ਉਹਦੇ ਵਿੱਚ ਉਹਨਾਂ ਦੇ ਜਿਹੜੇ ਕ੍ਰਿਟਿਕ ਸੀਗੇ ਉਹ ਜ਼ਰੂਰ ਸ਼ਾਮਿਲ ਕੀਤੇ ਜਾਂਦੇ, ਉਹ ਜ਼ਰੂਰੀ ਸੀਗਾ, ਉਹ ਇੱਕ ਕੈਬਨਿਟ ਦਾ ਪਾਰਟ ਸੀ, ਇੱਕ ਅੰਗ ਸੀ ਕਿ ਇਹ ਕ੍ਰਿਟਿਕ ਮੇਰੇ ਆਲੇ ਦੁਆਲੇ ਰਹਿਣੇ ਚਾਹੀਦੇ ਆ। ਪਰ ਅੱਜ ਦੀ ਡੇਟ ਦੇ ਵਿੱਚ ਜੇ ਵੇਖਿਆ ਜਾਵੇ ਤੇ ਉਹ ਇਹ ਵੇਖਿਆ ਜਾਂਦਾ ਕਿ ਕਿੰਨਾ ਦੇ ਵਿਚਾਰ ਮੇਰੇ ਨਾਲ ਰਲਦੇ ਆ, ਕਿਹੜੇ ਮੇਰੀ ਹਾਂ ਚ ਹਾਂ ਮਿਲਾਉਣ ਵਾਲੇ, ਸ਼ਾਇਦ ਇੱਕ ਬੜਾ ਵੱਡਾ ਕਾਰਨ ਹੈ ਸਾਡੇ ਇਸ ਸਿਸਟਮ ਦੇ ਵਿੱਚ ਗਿਰਾਵਟ ਆਉਣ ਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਗਲਤ ਕਰ ਰਹੇ ਹਾਂ। ਪਰ ਰਣਜੋਤ ਜੀ, ਪਤਾ ਜਿਹੜੇ ਲੋਕੀ ਇਹ ਹੁੰਦੇ ਨੇ ਜਿਹੜੇ ਆਪਣੇ ਆਸ ਪਾਸ ਆਪਣੇ ਚਮਚੇ ਪਾਲਦੇ ਨੇ ਜਾਂ ਉਹ ਲੋਕੀ ਰੱਖਦੇ ਨੇ ਜਿਹੜੇ ਉਹਨਾਂ ਦੀ ਹਾਂ ਚ ਹਾਂ ਮਿਲਾਉਣ, ਉਹ ਜ਼ਿਆਦਾ ਸਕਸੈਸਫੁਲ ਨਹੀਂ ਹੁੰਦੇ। ਨਹੀਂ ਹੁੰਦੇ, ਜਿਹੜੇ ਸਕਸੈਸਫੁਲ ਲੋਕੀ ਨੇ ਉਹਨਾਂ ਦਾ ਸਰਕਲ ਬਹੁਤ ਲਿਮਿਟਿਡ ਤੇ ਉਹਨਾਂ ਦਾ ਸਰਕਲ ਬਹੁਤ ਹੀ ਹਾਈਲੀ ਕ੍ਰਿਟੀਕਲ ਹੁੰਦਾ। ਅਭੀ ਹਾਲੇ ਪਿੱਛੇ ਨਾ ਯੂਟਿਊਬ ਤੇ ਸੀਗਾ ਇਸੀ ਦਾ ਨਾ ਜ਼ਿੰਦਗੀ, ਉਹਨਾਂ ਦਾ ਸ਼ਾਹਰੁਖ ਖਾਨ ਆਇਆ ਸੀ ਉੱਥੇ, ਤੇ ਉੱਥੇ ਉਹਨਾਂ ਦੇ ਚਾਰ ਬੈਸਟ ਫਰੈਂਡਸ ਬੁਲਾਏ ਤੇ ਉਹਨਾਂ ਨੇ ਕਿਹਾ ਕਿ ਇਹ ਮੇਰੇ ਜਿਹੜੇ ਚਾਰ ਬੈਸਟ ਫਰੈਂਡਸ ਨੇ ਨਾ, ਇੰਡਸਟਰੀ ਚ ਮੇਰਾ ਕੋਈ ਫਰੈਂਡ ਨਹੀਂ, ਇਹ ਜਿਹੜੇ ਮੇਰੇ ਚਾਰ ਫਰੈਂਡਸ ਨੇ ਨਾ ਇਹ ਮੇਰੇ ਟਰੂ ਫਰੈਂਡਸ ਨੇ, ਤੇ ਮੈਂ ਛੁੱਟੀਆਂ ਵੀ ਇਹਨਾਂ ਦੇ ਨਾਲ ਹੀ ਜਾਂਦਾ। ਕਿਉਂ? ਕਿਉਂਕਿ ਜੋ ਮੈਂ ਅਸਲੀਅਤ ਚ ਹਾਂ ਤੇ ਮੇਰੀ ਜਿਹੜੀ ਕਮੀਆਂ ਹੈ ਉਹ ਮੈਨੂੰ ਇਹ ਦੱਸਦੇ ਨੇ, ਉਹ ਜਿਹੜਾ ਮੈਂ ਕਿੰਨੇ ਮਰਜ਼ੀ ਪੈਸੇ ਵੀ ਖਰਚ ਲਾਂ ਤੇ ਵੱਡੇ ਤੋਂ ਵੱਡਾ ਐਕਟਰ ਵੀ ਆਪਣਾ ਫਰੈਂਡ ਰੱਖ ਲਾਂ ਉਹ ਮੈਨੂੰ ਕਦੀ ਨਹੀਂ ਦੱਸ ਪਾਏਗਾ, ਐਂਡ ਹੀ ਇਜ਼ ਵੈਰੀ ਸਕਸੈਸਫੁਲ। ਜੇ ਤੁਸੀਂ ਕਿਸੇ ਦੀ ਸੁਣਨੀ ਹੈ ਨਾ, ਆਈ ਵੁੱਡ ਸੇ ਨੋਟ ਆਪਣੇ ਕ੍ਰਿਟਿਕਸ ਦੀ, ਪਰ ਉਹਨਾਂ ਦੀ ਸੁਣੋ ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਇੰਨੇ ਸਟਰੋਂਗਲੀ ਨਹੀਂ ਮਿਲਦੇ, ਕਿਉਂਕਿ ਉਹਨਾਂ ਕੋਲੋਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਕਿਉਂ ਕਹਿੰਦੇ ਮਾਂ ਪਿਓ ਬੈਸਟ ਫਰੈਂਡਸ ਹੁੰਦੇ ਨੇ? ਕਿਉਂਕਿ ਮਾਂ ਪਿਓ ਤੁਹਾਡੀ ਹਾਂ ਛਾਂ ਨਹੀਂ ਮਿਲਾਉਂਦੇ, ਉਹਨਾਂ ਨੂੰ ਤੁਹਾਡੀ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ, ਨਾ ਨਾ ਤੁਸੀਂ ਉਹਨਾਂ ਨੂੰ ਕੋਈ ਜਿਦਾ ਦੇ ਜਾਣੀ ਹੈ, ਨਾ ਤੁਸੀਂ ਉਹਨਾਂ ਨੂੰ ਕੋਈ ਇਹੋ ਜਿਹੀ ਸ਼ੋਪਿੰਗਾਂ ਕਰਾ ਜਾਣੀ ਹੈ, ਉਹਨਾਂ ਨੂੰ ਇੱਕੋ ਚੀਜ਼ ਚਾਹੀਦੀ ਹੈ, ਤੁਹਾਡਾ ਸਕਸੈਸ, ਤੇ ਦੂਜਾ ਕਿ ਤੁਸੀਂ ਠੀਕ ਰਾਹ ਤੇ ਤੁਰਦੇ ਰਹੋ। ਬਿਲਕੁਲ ਸਹੀ ਹੈ, ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ, ਖਾਸ ਤੌਰ ਦੇ ਉੱਤੇ ਜਦੋਂ ਅੱਜ ਦੇ ਦੌਰ ਦੀ ਆਪਾਂ ਗੱਲ ਕਰੀਏ, ਅੱਜ ਦੇ ਡੇਟ ਦੀ, ਤੇ ਮੇਰੇ ਖਿਆਲ ਦੇ ਨਾਲ ਜਿਹੜਾ ਬੰਦਾ ਸਾਡੀ ਆਲਵੇਜ਼ ਪ੍ਰੇਜ਼, ਆਲਵੇਜ਼ ਖੁਸ਼ਾਮਦ ਤੁਹਾਡੀ ਹਰ ਇੱਕ ਚੀਜ਼ ਦੇ ਉੱਤੇ ਤੁਹਾਨੂੰ ਜਿਹੜਾ ਮੋਹਰ ਲਾਉਂਦਾ, ਹਾਂ ਜਾਂ ਹਾਂ ਮਿਲਾਉਂਦਾ, ਉਹਦੇ ਬਾਰੇ ਤੁਹਾਨੂੰ ਜ਼ਰੂਰ ਸੋਚ ਲੈਣਾ ਚਾਹੀਦਾ, ਉਹਦੇ ਬਾਰੇ ਸਭ ਤੋਂ ਜ਼ਿਆਦਾ ਸੋਚਣਾ ਚਾਹੀਦਾ, ਸਭ ਤੋਂ ਜ਼ਿਆਦਾ ਸੋਚ ਲੈਣਾ ਚਾਹੀਦਾ, ਤੇ ਜਿਹੜਾ ਤੁਹਾਡੇ ਕਿੰਤੂ ਪਰੰਤੂ ਕਰਦਾ ਵਾ ਉਹਦੇ ਬਾਰੇ ਵੀ ਤੁਹਾਨੂੰ ਸੀਰੀਅਸਲੀ ਸੋਚ ਲੈਣਾ ਚਾਹੀਦਾ, ਕਿਉਂਕਿ ਉਹ ਦੁਸ਼ਮਣ ਨਹੀਂ ਹੈ, ਕੋਈ ਰੀਜ਼ਨ ਹੈ ਜੋ ਤੁਹਾਨੂੰ ਕਿੰਤੂ ਪਰੰਤੂ ਕਰ ਰਿਹਾ ਜੀ। ਇੱਕ ਵਾਰੀ ਤੁਹਾਡੀ ਖੁਸ਼ਾਮਦ ਕੋਈ ਇੱਕ ਵਾਰੀ ਤੁਹਾਨੂੰ ਖੁਸ਼ਾਮਦ ਨਹੀਂ, ਮੈਂ ਇੱਥੇ ਵਰਡ ਯੂਜ਼ ਕਰੂੰਗਾ, ਇੱਕ ਵਾਰੀ ਤੁਹਾਡੀ ਕੋਈ ਪ੍ਰੇਜ਼ ਕਰ ਸਕਦਾ ਤੁਹਾਡ੾ ਕੰਮ ਦੀ, ਦੋ ਵਾਰੀ ਕਰ ਸਕਦਾ ਕਿਉਂਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਪਰ ਇਹ ਨਹੀਂ ਕਿ ਹਮੇਸ਼ਾ ਹੀ ਤੁਸੀਂ ਜੋ ਕਰ ਰਹੇ ਉਹਦੇ ਉੱਤੇ ਆ ਕੇ ਜੇ ਕੋਈ ਮੋਹਰ ਲਾਉਂਦਾ ਵਾ ਉਹ, ਕਿਉਂਕਿ ਤੁਸੀਂ ਹਰ ਵਾਰੀ ਸੇਮ, ਹਰ ਵਾਰੀ ਕਿੱਦਾਂ ਠੀਕ ਹੋ ਸਕਦੇ ਹੋ? ਬਿਲਕੁਲ, ਕਦੀ ਤਾਂ ਕੋਈ ਗਲਤੀ ਕਰੋਗੇ ਸਿੱਖਣ ਲਈ। ਸਹੀ, ਵੱਡੇ ਵੱਡੇ ਲੋਕਾਂ ਨੇ, ਕਿੰਨੇ ਵੱਡੇ ਵੱਡੇ ਰਾਜੇ ਰਹੇ ਨੇ, ਸਾਰਿਆਂ ਨੇ ਗਲਤੀਆਂ ਕੀਤੀਆਂ, ਤਾਂ ਆਪਣੀ ਗਲਤੀਆਂ ਤੋਂ ਸਿੱਖਿਆ। ਸਹੀ, ਕਿਉਂਕਿ ਆਪਾਂ ਇੱਕ ਇਨਸਾਨੀ ਫਿਤਰਤ ਇਹ ਆ ਕਿ ਆਪਾਂ ਆਪਣੇ ਅਕੋਰਡਿੰਗ ਹੀ ਸਾਰਾ ਕੁਛ ਚੱਲਦਾ ਵੇਖਣਾ ਚਾਹੁੰਦੇ ਹਾਂ, ਅਸੀਂ ਜਿਹੜੀ ਇੱਕ ਐਂਗਲ ਦੇ ਉੱਤੇ ਬੈਠੇ ਹੁੰਦੇ ਹਾਂ ਆਪਾਂ ਜ਼ਿੰਦਗੀ ਦੇ ਉੱਤੇ, ਆਪਾਂ ਉਸੇ ਨਜ਼ਰੀਏ ਦੇ ਨਾਲ ਚਾਹੁੰਦੇ ਹਾਂ ਕਿ ਹਰ ਕੋਈ ਉੱਥੋਂ ਹੀ ਵੇਖੇ। ਬਿਲਕੁਲ ਜੀ, ਆਪਾਂ ਨਹੀਂ ਚਾਹੁੰਦੇ ਕਿ ਕੋਈ ਦੂਜੇ ਕੋਨੇ ਤੇ ਬੈਠਾ ਦੁਨੀਆ ਵੇਖ ਰਿਹਾ ਹੋਵੇ, ਅਸੀਂ ਚਾਹੁੰਦੇ ਕਿ ਕੋਈ ਇੱਥੇ ਹੀ ਰਹੇ। ਸੋ ਗੱਲਾਂ ਬਾਤਾਂ ਇਸੇ ਤਰ੍ਹਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਜੀ, ਬਿਹੇਵੀਅਰ ਦੇ ਬਾਰੇ ਗੱਲਾਂ ਬਾਤਾਂ ਆਪਾਂ ਅੱਜ ਕਰ ਰਹੇ ਹਾਂ, ਕਿੱਦਾਂ ਆਪਾਂ ਆਪਣਾ ਬਿਹੇਵੀਅਰ ਚੇਂਜ ਕਰ ਸਕਦੇ ਹਾਂ ਤੇ ਕਿੱਦਾਂ ਦੂਜਿਆਂ ਦਾ ਬਿਹੇਵੀਅਰ ਚੇਂਜ ਕਰ ਸਕਦੇ ਹਾਂ ਤਾਂ ਕਿ ਸਾਡੀ ਜ਼ਿੰਦਗੀ ਥੋੜ੍ਹੀ ਜਿਹੀ ਸਮੂਦ ਰਨ ਕਰ ਸਕੇ, ਸਾਡੇ ਪਰਿਵਾਰਾਂ ਦੇ ਵਿੱਚ ਅਸਰ ਸੁੱਖ ਬਣਿਆ ਰਹੇ। ਅਸਲ ਦੇ ਵਿੱਚ ਇਹ ਜਿਹੜੇ ਟੌਪਿਕ ਨੇ ਦੀਪਕਾ ਜੀ, ਮੈਨੂੰ ਲੱਗਦਾ ਕਿ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਜਾ ਕੇ ਇੰਟਰ ਰਿਲੇਟਿਡ ਨੇ, ਸਾਰਿਆਂ ਦਾ ਫਾਇਦਾ ਉਹੀ ਆ, ਸਾਰਿਆਂ ਦਾ ਨੁਕਸਾਨ ਉਹੀ ਆ, ਸਿਰਫ ਤੇ ਸਿਰਫ ਘੁੰਮ ਘੁਮਾ ਕੇ ਸਾਨੂੰ ਆਪਣੇ ਆਪ ਦੇ ਬਾਰੇ
ਗੱਲਾਂ ਬਾਤਾਂ ਕਰਨੀਆਂ, ਆਪਣੇ ਆਪ ਦਾ ਸੈਲਫ ਅਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ, ਤੇ ਇਹ ਸਾਨੂੰ ਟਾਈਮ ਟੂ ਟਾਈਮ, ਇਹ ਮੈਨੂੰ ਲੱਗਦਾ ਵੀ ਹਰ ਹਫ਼ਤੇ ਸਾਨੂੰ ਕਰਨਾ ਚਾਹੀਦਾ, ਹਰ ਹਫ਼ਤੇ ਕੀ ਹਰ ਦਿਨ ਰੋਜ਼ ਕਰਨਾ ਚਾਹੀਦਾ ਜੀ, ਬਿਲਕੁਲ ਠੀਕ, ਕਿਉਂਕਿ ਅੱਜ ਜੇ ਸਾਨੂੰ ਕਿਸੇ ਨੇ ਕੋਈ ਗੱਲ ਦੱਸਤੀ ਨਾ, ਮੰਨ ਲਓ ਫੋਰ ਐਗਜ਼ਾਮਪਲ ਅੱਜ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ, ਤੇ ਅੱਜ ਬੜਾ ਕੁਛ ਗੱਲਾਂ ਬਾਤਾਂ ਸੁਣਨ ਵਾਲੇ ਤੇ ਆਪਾਂ ਹੁਣ ਕਰਨ ਵਾਲੇ, ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਸਿੱਖਣਾ, ਆਪਾਂ ਇਹ ਐਨਾਲਾਈਜ਼ ਕਰਨਾ ਵੀ ਕਿਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਆਪਾਂ ਗਲਤ ਬਿਹੇਵੀਅਰ ਕੀਤਾ ਤੇ ਉਹਨੂੰ ਕਿੱਦਾਂ ਸਹੀ ਕਰਨਾ, ਪਰ ਇਹ ਬਹੁਤੀ ਦੇਰ ਦਿਮਾਗ 'ਚ ਨਹੀਂ ਰਹਿੰਦੀ ਚੀਜ਼, ਇਹ ਫਿਰ ਹੌਲੀ 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 ਆਦਤ ਹੈ, ਚਿਰਾਂ ਦੀ ਪਈ ਜੀ, ਇਹ ਚਿਰਾਂ ਦੀ ਪਈ ਹੈ। ਸੋ ਗਾਣਾ ਗਾਣਾ ਵੀ ਆਇਆ ਨਾ ਪਿਛਲੇ ਦਿਨ ਹੀ, ਮੁਝੇ ਤੋਂ ਤੇਰੀ ਲੱਤ ਲੱਗ ਗਈ। ਅੱਛਾ ਮੈਂ ਪਹਿਲਾਂ ਸੋਚਦਾ ਸੀ ਵੀ ਇਹਨੂੰ ਉਹਦੀ ਲੱਤ ਕਿੱਦਾਂ ਲੱਗ ਗਈ, ਤੁਸੀਂ ਸੋਚਿਆ ਨਾ ਦੂਜੀ ਲੱਤ ਲੱਗ ਗਈ ਨੱਚਦੇ ਨੱਚਦੇ। ਹਾਂਜੀ ਮੈਂ ਉਹੀ ਸੋਚਾਂ ਕਿ ਇਹ ਮਤਲਬ ਇੱਕ ਇੱਦਾਂ ਕਿਉਂ ਕਹਿ ਰਿਹਾ ਵੀ ਨੱਚਦੇ ਭੁੜਕਦੇ ਲੱਤਾਂ ਤੇ ਵੱਜ ਹੀ ਜਾਂਦੀਆਂ ਇੱਕ ਦੂਜੇ ਨੂੰ। ਚਲੋ ਬਾਕੀ ਇਹ ਉਹ ਵਾਲੀ ਲੱਤ ਹੈ ਜੀ, ਆਦਤ ਆਪਾਂ ਬਿਲਕੁਲ ਜੀ ਤੇ ਲੱਗ ਜਾਂਦੀ ਹੈ ਜੀ, ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੀ ਹਾਂ ਚਾਹ ਮਿਲਾਣੀ ਹੈ ਤੇ ਲੱਤ ਆਪੇ ਲੱਗਣੀ ਹੈ, ਲੱਤ ਆਪੇ ਲੱਗਣੀ ਹੈ। ਗੱਲਬਾਤ ਇਸ ਟਾਈਮ ਸਾਡੀ ਚੱਲ ਰਹੀ ਹੈ ਬਿਹੇਵੀਅਰ ਦੇ ਉੱਤੇ, ਬੈਡ ਬਿਹੇਵੀਅਰ, ਤੇ ਕਿੱਦਾਂ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ, ਕੀ ਉਹ ਤਰੀਕੇ ਨੇ, ਹੁਣ ਆਪਾਂ ਉਹਦੇ ਉੱਤੇ ਚਰਚਾ ਕਰਾਂਗੇ। ਸਾਡੇ ਮਹਿਮਾਨ ਨੇ ਅੱਜ ਦੀਪਿਕਾ ਗੁਪਤਾ ਸਿੰਗਲਾ ਜੀ, ਮੈਂ ਮਹਿਮਾਨ ਨਹੀਂ ਵੈਸੇ ਕਹੂੰਗਾ, ਸਾਡੇ ਰੇਡੀਓ ਹਾਂਜੀ ਦਾ ਪਾਰਟ ਨੇ। ਸੋ ਦੀਪਿਕਾ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ। ਬਿਹੇਵੀਅਰ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਕੁਛ ਇੱਕ ਪੁਆਇੰਟ ਤੁਸੀਂ ਦੱਸੇ ਵੀ, ਉਸੇ ਲੜੀ ਨੂੰ ਉੱਥੋਂ ਆਪਾਂ ਅੱਗੇ ਤੋਰਦੇ ਹਾਂ। ਹੋਰ ਕੀ ਟੈਕਸ ਨੇ ਜਿਹਨਾਂ ਦੇ ਨਾਲ ਆਪਾਂ ਆਪਣੇ ਮਾੜੇ ਬਿਹੇਵੀਅਰ ਨੂੰ ਚੰਗਾ ਕਰ ਸਕਦੇ ਹਾਂ ਤਾਂ ਕਿ ਸਾਡੇ ਰਿਲੇਸ਼ਨ ਬਣੇ ਰਹਿਣ, ਬਿਲਕੁਲ ਜੀ, ਪਰਿਵਾਰ ਬਣੇ ਰਹਿਣ ਜੀ। ਪਹਿਲਾਂ ਸਾਨੂੰ ਐਕਨੋਲੇਜ ਕਰਨਾ ਚਾਹੀਦਾ ਕਿ ਐਗਜੈਕਟਲੀ ਬੈਡ ਬਿਹੇਵੀਅਰ ਕੀ ਹੁੰਦਾ, ਮਤਲਬ ਅਸੀਂ ਗਲਤ ਟੋਨ ਨਾਲ ਗੱਲ ਕਰ ਰਹੇ ਹਾਂ, ਅਸੀਂ ਗਲਤ ਚੀਜ਼ਾਂ ਬੋਲ ਰਹੇ ਹਾਂ, ਅਸੀਂ ਗੁੱਸੇ 'ਚ ਚੀਖ ਰਹੇ ਹਾਂ, ਕਈ ਤਰੀਕੇ ਨੇ ਬੈਡ ਬਿਹੇਵੀਅਰ। ਇਹ ਵੀ ਗੱਲ ਤੁਹਾਡੀ ਸਹੀ ਹੈ, ਬੜੀ ਵਾਰੀ ਬੜੇ ਬੰਦਿਆਂ ਨੂੰ ਇਸ ਚੀਜ਼ ਦਾ ਰਿਲਾਈਜ਼ ਹੀ ਨਹੀਂ ਹੁੰਦਾ ਕਿ ਆਪਾਂ ਗਲਤ ਬਿਹੇਵੀਅਰ ਕਰ ਰਹੇ ਹਾਂ, ਇਹ ਸਾਡਾ ਗਲਤ ਬਿਹੇਵੀਅਰ ਹੈ ਨਾ, ਉਹਨਾਂ ਨੂੰ ਲੱਗਦਾ ਇਹ ਤਾਂ ਤਰੀਕਾ ਹੈ। ਹਾਂਜੀ ਮੈਂ ਤਾਂ ਇੱਦਾਂ ਹੀ ਹਾਂ, ਬਿਲਕੁਲ। ਹੁਣ ਜੇ ਆਪਾਂ ਆਪਣੇ ਮਾਝੇ ਵਾਲਿਆਂ ਦੀ ਗੱਲ ਕਰ ਲਈਏ, ਤਾਂ ਸਾਡੇ ਬਾਰੇ ਇਹ ਗੱਲਬਾਤ ਕਈ ਵਾਰੀ ਸੁਣਨ ਨੂੰ ਮਿਲ ਜਾਂਦੀ ਹੈ ਕਿ ਪਿਆਰ ਨਾਲ ਵੀ ਗੱਲ ਕਰ ਰਹੇ ਤੇ ਸਾਨੂੰ ਇੱਦਾਂ ਲੱਗਦਾ ਤੁਸੀਂ ਗੁੱਸੇ 'ਚ ਬੋਲ ਰਹੇ ਜੀ, ਤੇ ਵਾਟ ਕੋਨਸਟੀਟਿਊਟਸ ਬੈਡ ਬਿਹੇਵੀਅਰ, ਮਤਲਬ ਕਿ ਜਿਵੇਂ ਮੈਂ ਚਾਹ ਵਾਲੀ ਗੱਲ ਕਹੀ, ਮੇਰਾ ਬਿਹੇਵੀਅਰ ਬੈਡ ਨਹੀਂ ਸੀ, ਮੇਰੀ ਇੰਟੈਂਸ਼ਨ ਵੀ ਬੈਡ ਨਹੀਂ ਸੀ, ਤੁਹਾਡਾ ਜੀ ਕਰ ਰਿਹਾ ਸੀ ਚਾਹ, ਜੀ ਕਰ ਬਿਲਕੁਲ, ਮੇਰਾ ਤਾਂ ਜਾਂਦੇ ਦਿਲ ਕਰ ਰਿਹਾ ਸੀ ਕਿ ਮੈਂ ਹੁਣੇ ਚਾਹ ਤਾਰਦਾ ਨਹੀਂ ਫਿਰ ਜੀ ਜੀ ਸਾਰੇ। ਕਹਿਣ ਦਾ ਮਤਲਬ ਹੈ ਕਿ ਟੂ ਮੀ ਇਟ ਵਾਜ਼ ਸੈਕਿੰਡ ਨੇਚਰ, ਕਿ ਮੈਂ ਤਾਂ ਯੂ ਨੋ ਉਲਟਾ ਉਹਨਾਂ ਨੂੰ ਸੋਚਣਾ ਚਾਹੀਦਾ, ਮੇਰੇ ਤਾਂ ਦਿਮਾਗ 'ਚ ਵੀ ਚਾਰ ਕੰਮ ਚੱਲ ਰਹੇ ਨੇ, ਮੈਂ ਸਭ ਕੁਛ ਕਰਨਾ, ਪਰ ਦੂਜੇ ਲਈ ਉਹ ਬੈਡ ਬਿਹੇਵੀਅਰ ਹੈ ਤੇ ਉਹਨੂੰ ਇਫੈਕਟ ਕਰ ਰਿਹਾ। ਮੈਂ ਤਾਂ ਪਹਿਲਾਂ ਆਪਣੇ ਆਪ ਨੂੰ ਕੁਐਸਚਨ ਪੁੱਛਣਾ, ਵਾਈ ਸ਼ੁਡ ਆਈ ਚੇਂਜ ਇਟ, ਕਿਉਂਕਿ ਮੈਨੂੰ ਮੇਰੇ ਘਰ ਦੀ ਸ਼ਾਂਤੀ ਚਾਹੀਦੀ ਹੈ, ਸਿੰਗਲਾ ਸਾਹਿਬ ਦੀ ਖੁਸ਼ੀ ਚਾਹੀਦੀ ਹੈ, ਦੋ ਦਿਨ ਹੋਰ ਕੌਣ ਮਨਾਏਗਾ, ਤੇ ਮੇਰਾ ਤਾਂ ਵਾਈ ਆਨਸਰ ਹੋ ਗਿਆ, ਵਾਟ ਹੋ ਗਿਆ ਕਿ ਮੈਂ ਚੇਂਜ ਕੀ ਕਰਨਾ ਹੈ, ਬਿਲਕੁਲ, ਕਿ ਅਗਲੀ ਵਾਰੀ ਆਰਾਮ ਨਾਲ ਗੱਲ ਕਰਨੀ ਹੈ, ਤੇ ਕਿਆ ਮੈਂ ਚੇਂਜ ਕਰਨਾ ਚਾਹੁੰਦੀ ਹਾਂ, ਹਾਂ ਮੈਂ ਚੇਂਜ ਕਰਨਾ ਚਾਹੁੰਦੀ ਹਾਂ, ਤੇ ਦਿਸ ਇਜ਼, ਪਹਿਲਾਂ ਰਿਅਲਾਈਜ਼ ਕਰੋ ਕਿ ਤੁਹਾਡਾ ਬੈਡ ਬਿਹੇਵੀਅਰ ਕੀ ਹੈ। ਸੋ ਹੁਣ ਤੁਸੀਂ ਰਿਅਲਾਈਜ਼ ਕਰ ਲਿਆ ਕਿ ਉਹ ਜਿਹੜਾ ਚਾਹ ਵਾਲੀ ਟੋਨ ਸੀ ਉਹ ਗਲਤ ਸੀ, ਹੁਣ ਉਹਨੂੰ ਤੁਸੀਂ ਕਿੱਦਾਂ ਠੀਕ ਕਿੱਦਾਂ ਕਰੋਗੇ, ਤੁਸੀਂ ਕੌਨਸ਼ੀਅਸ ਐਫਰਟ ਇਨ ਮਾਈਂਡ ਕਿ ਅਗਲੀ ਵਾਰੀ ਜੇ ਮੈਂ ਨਸ ਕੇ ਪੁੱਛ ਹੀ ਰਹੀ ਹਾਂ ਜੀ, ਟੇਕ 1 ਸੈਕਿੰਡ ਪੌਜ਼, ਇਹ ਸੈਲਫ ਰਿਅਲਾਈਜ਼ੇਸ਼ਨ ਤੋਂ ਆਏਗਾ ਜੀ। ਅੱਛਾ ਪਿਛਲੀ ਵਾਰੀ ਦੀ ਗਲਤੀ ਤੋਂ ਵੀ ਆ ਜਾਏਗਾ ਜਿਹੜਾ ਸੇਕ ਲੱਗਿਆ, ਪਰ ਅੱਗੇ ਜਾਣ ਲਈ ਇਟਸ ਵੈਰੀ ਇੰਪੋਰਟੈਂਟ ਕਿ ਮੈਂ ਰਿਅਲਾਈਜ਼ ਕਰਾਂ ਕਿ ਮੈਂ ਇਹ ਦੁਬਾਰਾ ਨਹੀਂ ਕਰਨਾ ਜੀ, ਤੇ ਆਪਣੇ ਦਿਮਾਗ 'ਚ ਇਸ ਚੀਜ਼ ਨੂੰ ਰੱਖਾਂ ਕਿ ਅਗਲੀ ਵਾਰੀ ਮੈਂ ਜੇ ਨਸਦੇ ਨਸਦੇ ਪੁੱਛ ਰਹੀ ਹਾਂ, ਰੁਕ ਜਾਓ, ਪੁੱਛੋ ਤੇ ਫਿਰ ਅੱਗੇ ਨਿਕਲ ਜਾਓ ਜੀ, ਉਨਾ ਹੀ ਟਾਈਮ ਲੱਗਿਆ ਪੁੱਛਣ 'ਚ ਵੀ, ਆਊਟਪੁੱਟ ਚੇਂਜ ਹੋ ਗਈ ਜੀ, ਠੀਕ ਹੈ। ਤੇ ਇਟਸ ਵੈਰੀ ਇੰਪੋਰਟੈਂਟ ਕਿ ਪਹਿਲਾਂ ਤਾਂ ਅਸੀਂ ਇਹ ਰਿਅਲਾਈਜ਼ ਕਰੀਏ ਕਿ ਜਿਵੇਂ ਤੁਸੀਂ ਕਿਹਾ ਕੀ ਹੈਗਾ ਬੈਡ ਬਿਹੇਵੀਅਰ, ਫਿਰ ਅਸੀਂ ਇਹ ਰਿਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਟ੍ਰਿਗਰ ਕੀ ਕਰਦਾ। ਮੇਰੇ ਟਾਈਮ 'ਚ ਮੈਨੂੰ ਇਹ ਰਿਅਲਾਈਜ਼ ਹੋ ਗਿਆ ਕਿ ਮੈਂ ਨਸ ਰਹੀ ਸੀ, ਮੈਂ ਜਦੋਂ ਜਲਦੀ ਛੋਨੀ ਹਾਂ ਮੈਨੂੰ ਉਹ ਚੀਜ਼ ਟ੍ਰਿਗਰ ਕਰਦੀ ਜੀ, ਤੇ ਨੈਕਸਟ ਟਾਈਮ ਤੁਸੀਂ ਮਤਲਬ ਪਾਣੀ ਪਾ ਕੇ ਧਰਤਾ ਚੁੱਲ੍ਹੇ ਤੇ, ਤੇ ਬਾਕੀ ਕਹਿਤਾ ਵੀ ਹਾਂਜੀ ਮੈਂ ਪਾਣੀ ਧਰਤਾ ਜੇ ਬਾਕੀ ਤੁਸੀਂ ਵੇਖ ਲਓ। ਐਕਚੁਲੀ ਉਹ ਜ਼ਿਆਦਾ ਬੈਟਰ ਹੁੰਦਾ ਹੈ, ਬੜੇ ਪਿਆਰ ਨਾਲ ਬੋਲੇ ਦੇਖਿਓ ਜੀ ਮੈਂ ਰੱਖਤਾ ਪਾਣੀ, ਮੈਂ ਇੱਕ ਮਿੰਟ ਜ਼ਰਾ ਕੰਮ ਕਰਕੇ, ਪਰ ਠੀਕ ਹੈ ਇੱਦਾਂ ਮਿਲ ਜੁਲ ਕੇ ਤਰੀਕਾ ਨਿਕਲਦਾ। ਪਰ ਜੇ ਤੁਸੀਂ ਇਹ ਰਿਅਲਾਈਜ਼ ਨਹੀਂ ਕਰੋ ਕਿ ਉਸ ਚੀਜ਼ ਨੂੰ ਟ੍ਰਿਗਰ ਕੀ ਚੀਜ਼ ਕਰਦੀ ਹੈ, ਅਸੀਂ ਦਾਰੂ ਦੀ ਗੱਲ ਲੈਂਦੇ ਹਾਂ, ਬੈਡ ਬਿਹੇਵੀਅਰ ਦਾਰੂ ਪੀਣਾ ਹੈ ਫੋਰ ਐਗਜ਼ਾਮਪਲ, ਕਈ ਲੋਕਾਂ 'ਚ ਹੁੰਦਾ ਖੁਸ਼ੀ 'ਚ ਪੀਣੀ ਹੈ, ਗਮ 'ਚ ਪੀਣੀ ਹੈ, ਬਰਸਾਤ ਹੋ ਗਈ ਤਾਂ ਪੀਣੀ ਹੈ, ਕੁਛ ਵੀ ਹੋ ਗਿਆ ਤਾਂ ਪੀਣੀ ਹੈ, ਤੇ ਸਾਨੂੰ ਟ੍ਰਿਗਰ ਕੀ ਕਰੇ। ਮੇਰਾ ਇੱਕ ਮਿੱਤਰ ਹੈ, ਉਹਦਾ ਉਹ ਪਹਿਲਾਂ ਵੀ ਨਾ ਉਹਦਾ ਰਾਤ ਨੂੰ ਹੀ ਜ਼ਿਆਦਾਤਰ ਫੋਨ ਆਉਂਦਾ ਉਹਦਾ, ਰਾਤ ਨੂੰ ਉਹਨੇ ਪੀਤੀ ਹੁੰਦੀ ਹੈ, ਤੇ ਉਹਦਾ ਹਮੇਸ਼ਾ ਬਹੁਤੀ ਵਾਰੀ ਤੇ ਜਾਂ ਤੇ ਰੋਂਦੇ ਦਾ ਫੋਨ ਆਉਂਦਾ ਤੇ ਜਾਂ ਗੱਲਾਂ ਕਰਦੇ ਕਰਦੇ ਰੋਣ ਨਿਕਲ ਜਾਂਦਾ ਜੀ, ਤੇ ਕੱਲ ਫਿਰ ਉਹਦਾ ਫੋਨ ਆਇਆ ਤੇ ਕੱਲ ਫਿਰ ਉਹ ਰੋ ਰਿਹਾ ਜੀ, ਤੇ ਮੈਂ ਕਿਹਾ ਵੀ ਅੱਜ ਕਿਉਂ, ਹੁਣ ਮੈਂ ਕਿਹਾ ਅੱਜ ਕੱਲ ਦਾ ਦਿਨ ਸੀਗਾ ਵੀ ਉਹਨੂੰ ਨਹੀਂ ਸੀ ਸ਼ਾਇਦ ਰੋਣਾ ਚਾਹੀਦਾ, ਮੈਨੂੰ ਇਹ ਸੀਗਾ ਵੀ ਅੱਜ ਉਹ ਖੁਸ਼ ਹੋਊਗਾ, ਕੁਛ ਇਦਾਂ ਦਾ ਸੀ ਮਾਹੌਲ ਚਾਲ, ਕੁਛ ਇਦਾਂ ਦਾ ਸੀ,
ਕੋਈ ਖੁਸ਼ੀ ਵਾਲਾ ਕੰਮ ਸੀ ਤੇ ਮੈਨੂੰ ਲੱਗਾ ਵੀ ਸ਼ਾਇਦ ਕੋਈ ਕਈ ਵਾਰੀ ਖੁਸ਼ੀ ਦੇ ਵਿੱਚ ਵੀ ਕੋਈ ਗਲਤ ਚੀਜ਼ ਹੋ ਜਾਂਦੀ ਹੈ ਤੇ ਮੈਂ ਕਿਹਾ ਵੀ ਅੱਜ ਕਿਉਂ ਸੋਹਣਿਆ ਰੋ ਰਿਹਾ ਤੂੰ ਤੇ ਕਹਿੰਦਾ ਅੱਜ ਮੈਂ ਖੁਸ਼ੀ ਨਾਲ ਰੋ ਰਿਹਾ ਉਹ ਆਦਤ ਪੈ ਗਈ ਅੱਛਾ ਉਹਦਾ ਜਵਾਬ ਇਹ ਕਿ ਕੋਈ ਏਦਾਂ ਦੀ ਰਾਤ ਨਹੀਂ ਆ ਜਿੱਦਣ ਮੈਂ ਰੋ ਕੇ ਨਾ ਸੋਵਾਂ ਸ਼ਰਾਬ ਪੀ ਕੇ ਤੇ ਉਹਦਾ ਡੇਲੀ ਦੀ ਰੁਟੀਨ ਹੈ ਸ਼ਰਾਬ ਪੀਣੀ ਰੋਣਾ ਤੇ ਫਿਰ ਸੋਣਾ ਬਿਲਕੁਲ ਤੇ ਹੁਣ ਦਾ ਪਤਾ ਕੀ ਹੈ ਇੱਕ ਟਾਈਮ ਤੋਂ ਬਾਅਦ ਨਾ ਇਹਨਾਂ ਚੀਜ਼ਾਂ ਦੀ ਜਿਵੇਂ ਲੱਤ ਅਸੀਂ ਗੱਲ ਕਿਹਾ ਸਾਨੂੰ ਨਾ ਆਦਤ ਪੈ ਜਾਂਦੀ ਹੈ ਇਸ ਬੈਡ ਬਿਹੇਵੀਅਰ ਦੀ ਤੇ ਜੇ ਅਸੀਂ ਉਹ ਚੇਂਜ ਕਰ ਲਈ ਨਾ ਸਾਨੂੰ ਘਬਰਾਹਟ ਹੁੰਦੀ ਹੈ ਕਿ ਅੱਜ ਕੁਝ ਡਿਫਰੈਂਟ ਹੋ ਗਿਆ ਬਿਲਕੁਲ ਹੁਣ ਉਹਦੀ ਬੈਡ ਹੈਬਿਟ ਦੀ ਤੁਹਾਨੂੰ ਮੈਂ ਜੇ ਮੈਂ ਗੱਲ ਕਰਾਂ ਤਾਂ ਉਹਦੀ ਬੈਡ ਹੈਬਿਟ ਕੀ ਆ ਕਿ ਮੈਂ ਰਾਤੀ ਉਹਦੇ ਨਾਲ 15 ਮਿੰਟ ਗੱਲ ਕੀਤੀ ਜੀ 15 ਮਿੰਟਾਂ ਦੇ ਵਿੱਚ ਉਹਨੇ 13 ਮਿੰਟ ਲੋਕਾਂ ਦੀਆਂ ਗੱਲਾਂ ਕੀਤੀਆਂ ਜੀ ਤੇ ਮੈਨੂੰ ਲੱਗਦਾ 2 ਮਿੰਟ ਦੇ ਵਿੱਚ ਵੀ ਮਿਕਸ ਮੁਕਸ ਮਾਰ ਗਿਆ ਉਹ 2 ਮਿੰਟ ਵੀ ਆਪਣੀ ਗੱਲ ਨਹੀਂ ਕੀਤੀ ਉਹਨੂੰ ਦੂਜਿਆਂ ਦੇ ਨਾਲ ਜ਼ਿਆਦਾ ਸਰੋਕਾਰ ਆ ਵੀ ਉਹ ਕੀ ਕਰ ਰਿਹਾ ਇਹਨੇ ਮੇਰੇ ਨਾਲ ਕੀ ਕੀਤਾ ਮੈਂ ਉਹਦੇ ਲਈ ਕੀ ਕੀਤਾ ਸੀ ਪਿਛਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹਦੇ ਲਈ ਨਹੀਂ ਕਰਨਾ ਇਹਨੇ ਮੇਰੇ ਲਈ ਆ ਨਹੀਂ ਕੀਤਾ ਮੈਂ ਕਿਉਂ ਕਰਾਂ ਦਿਸ ਐਂਡ ਦੈਟ ਸੋ 13 ਮਿੰਟ ਆਪਾਂ ਨਜਾਇਜ਼ ਵੇਸਟ ਕੀਤੇ ਬਿਲਕੁਲ ਜੀ ਠੀਕ ਸੋ ਇਹ ਆ ਸਾਡਾ ਬਿਹੇਵੀਅਰ ਕਈ ਵਾਰੀ ਆਪਾਂ ਦੂਜਿਆਂ ਦੇ ਬਾਰੇ ਵੀ ਬਹੁਤਾ ਸੋਚ ਸੋਚ ਕੇ ਆਪਣਾ ਵੀ ਖਰਾਬ ਕਰ ਲੈਂਦੇ ਹਾਂ ਤੁਸੀਂ ਇੱਕ ਵਾਰੀ ਉਹ ਕਹਾਵਤ ਸੁਣਾਈ ਸੀ ਨਾ ਦੂਜੇ ਦੀ ਕੀ ਦੇਖ ਕੇ ਆਪਣੀ ਕੁੱਲੀ ਨਹੀਂ ਟਾਈ ਦੀ ਹਾਂਜੀ ਤੇ ਇਸ ਕਰਕੇ ਦੂਜੇ ਦੇ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਟਾਈ ਬਿਲਕੁਲ ਬਿਲਕੁਲ ਜੀ ਦੇਖੋ ਮੈਂ ਇਸ ਵਾਰੀ ਅੱਧੀ ਤਾਂ ਸਿੱਖੀ ਅਗਲੀ ਵਾਰੀ ਪੂਰੀ ਸਿੱਖ ਜਾ ਹਾਂਜੀ ਨਹੀਂ ਬਿਲਕੁਲ ਹੀ ਸੌਖੀ ਬਣ ਜਾਂਦੀ ਮਹਿਲ ਥੋੜਾ ਔਖਾ ਤਾਈ ਕਰਕੇ ਕੁੱਲੀ ਆ ਜਾਏ ਤੇ ਬੈਡ ਬਿਹੇਵੀਅਰ ਦੀ ਇੱਕ ਸਭ ਤੋਂ ਵੱਡੀ ਚੰਗੀ ਚੀਜ਼ ਕੀ ਹੈ ਆਸਾਨੀ ਨਾਲ ਨਹੀਂ ਜਾਂਦਾ ਤੇ ਤੁਹਾਨੂੰ ਚੰਗਾ ਲੱਗਦਾ ਬੈਡ ਬਿਹੇਵੀਅਰ ਜੀ ਇੱਕ ਹੋਰ ਤੁਹਾਨੂੰ ਦੱਸਦਾ ਜੀ ਪਲੀਜ਼ ਕਿਸੇ ਦੀ ਮਰੂਤੀ ਵੇਖ ਕੇ ਆਪਣੇ ਸਾਈਕਲ ਦੀ ਚੈਨ ਨਹੀਂ ਤੋੜ ਲਈ ਇਹ ਸੌਖੀ ਯਾਦ ਹੋ ਜੂ ਤੁਹਾਨੂੰ ਇਹ ਨਹੀਂ ਭੁੱਲਦੀ ਕਿਉਂਕਿ ਪਤਾ ਉਸ ਤੁਹਾਡਾ ਦੋਸਤ ਕੀ ਕਰਿਆ ਉਹਨੇ ਆਪਣੀ ਸਾਈਕਲ ਦੀ ਚੇਨ ਤੋੜ ਲਈ ਹਾਂਜੀ ਉਹ ਤੋੜ ਤੇ ਹੁਣ ਕੀ ਹੋਇਆ ਖਾਲੀ ਪੈਦਲ ਮਾਰੀ ਜਾਂਦਾ ਤੇ ਨਾਲੇ ਹੁਣ ਸਾਈਕਲ ਤੋਂ ਵੀ ਗਿਆ ਜੀ ਤੇ ਇਹ ਨਹੀਂ ਪਤਾ ਸੀ ਕਿ ਜੇ ਉਹ ਸਾਈਕਲ ਨੂੰ ਚਲਾਉਂਦਾ ਰਹਿੰਦਾ ਆਪਣੇ ਟਾਈਮ ਰਾਹੀਂ ਠੀਕ ਟਾਈਮ ਤੇ ਪਹੁੰਚ ਜਾਂਦਾ ਤਰੱਕੀ ਕਰਦਾ ਕੱਲ ਨੂੰ ਤੂੰ ਵੀ ਮਰੂਤੀ ਲੈ ਲੈਂਦਾ ਸਹੀ ਲੋਕੀ ਕੀ ਕਰਦੇ ਪਹਿਲੇ 10 ਮਿੰਟ ਉਦਾਸ ਹੋ ਜਾਂਦੇ ਆ ਹੱਥ ਖੜੇ ਕਰ ਦਿੰਦੇ ਕਿ ਇਹਦਾ ਕੁਛ ਨਹੀਂ ਹੈ ਜੇ ਉਹ 10 ਮਿੰਟ ਕ੍ਰੋਸ ਕਰ ਲੈਣਾ ਉਸ ਤੋਂ ਬਾਅਦ ਸਿਰਫ 2 ਹੀ ਮਿੰਟ ਰਹਿ ਜਾਂਦੇ ਉਹਨਾਂ ਨੂੰ ਉਹ ਨਹੀਂ ਦਿਖਦਾ ਸਹੀ ਕਹਿੰਦੇ ਨਾ ਫਿਨਿਸ਼ ਲਾਈਨ ਤੋਂ ਪਹਿਲਾਂ ਹੀ ਸਭ ਤੋਂ ਜ਼ਿਆਦਾ ਜ਼ੋਰ ਮਾਰਨਾ ਪੈਂਦਾ ਬਿਲਕੁਲ ਜਦੋਂ ਜਸਟ ਤੁਸੀਂ ਉੱਥੇ ਪਹੁੰਚ ਗਏ ਬਹੁਤੇ ਉੱਥੇ ਜਾ ਕੇ ਦਿਲ ਛੱਡ ਜਾਂਦੇ ਜੀ ਤੇ ਬੈਡ ਬਿਹੇਵੀਅਰ ਦਾ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਰਿਅਲਾਈਜ਼ ਕਰੋ ਕੀ ਹੈਗਾ ਦੂਸਰੀ ਚੀਜ਼ ਉਹਨੂੰ ਹੈ ਕਿ ਉਹਦੇ ਟ੍ਰਿਗਰ ਫੈਕਟਰਸ ਦੇਖੋ ਕੀ ਹੈ ਤੁਸੀਂ ਕਿਸੇ ਨੂੰ ਯਾਦ ਕਰਕੇ ਤੁਹਾਨੂੰ ਗੁੱਸਾ ਆਉਂਦਾ ਉਹਨੂੰ ਯਾਦ ਕਰਨਾ ਛੱਡ ਦਿਓ ਜੇ ਤੁਹਾਨੂੰ ਸੱਸ ਨੂੰ ਦੀ ਅਸੀਂ ਗੱਲ ਕਰਦੇ ਹਾਂ ਜਿਵੇਂ ਤੁਸੀਂ ਕਾਉਂਸਲਿੰਗ 'ਚ ਜੇ ਪੁੱਛਦੇ ਹਾਂ ਉਹ ਕਹਿੰਦੇ ਮੈਨੂੰ ਯਾਦ ਆਉਂਦਾ ਸੀ ਮੇਰੇ ਵਿਆਹ 'ਤੇ ਮੈਨੂੰ ਇਹ ਤਾਨਾ ਮਾਰਿਆ ਸੀ ਜੀ ਛੱਡ ਦੇ ਸੋਚਣਾ ਵਿਆਹ ਨਿਕਲ ਗਿਆ ਸਾਲ ਹੋ ਗਏ ਹੁਣ ਤੂੰ ਕਿੰਨਾ ਕੁ ਸੋਚੀ ਜਾਏਗਾ ਭਰਾਵਾ ਜੇ ਤੁਹਾਨੂੰ ਲੱਗਦਾ ਕਿ ਉਹ ਰਿਸ਼ਤਾ ਇੰਪੋਰਟੈਂਟ ਹੈ ਇੰਪੋਰਟੈਂਟ ਹੈ ਉਹਦੇ ਕਰਕੇ ਤੁਹਾਡੇ ਰਿਸ਼ਤੇ 'ਚ ਫ੍ਰਿਕਸ਼ਨ ਆਉਂਦੀ ਹੈ ਤੇ ਫਿਰ ਕਿਉਂ ਸੋਚਣਾ ਉਹਦੇ ਬਾਰੇ ਕਿਉਂ ਸੋਚਣਾ ਕਿਉਂਕਿ ਉਹ ਤੁਹਾਡਾ ਵਾਈ ਆਨਸਰ ਕਰ ਰਿਹਾ ਜੀ ਉਹ ਰਿਸ਼ਤਾ ਇੰਪੋਰਟੈਂਟ ਹੈਗਾ ਇਟ ਡਜ਼ਨਟ ਮੈਟਰ ਕਿ ਪਿੱਛੇ ਕੀ ਹੋਇਆ ਲੋਕੀ ਕਹਿੰਦੇ ਫਿਰ ਇਹਦਾ ਮਤਲਬ ਉਹਨਾਂ ਨੇ ਜਿਹੜਾ ਗਲਤ ਕੀਤਾ ਮੈਂ ਉਹਨੂੰ ਹੁਣ ਠੀਕ ਕਰਦਾ ਠੀਕ ਕਰਕੇ ਉਹਨੇ ਜਿਹੜਾ ਗਲਤ ਕੀਤਾ ਉਹ ਉਹਦੇ ਨਾਲ ਹੈ ਤੇਰੇ ਨਾਲ ਨਹੀਂ ਹੈ ਤੂੰ ਉਹਨੂੰ ਠੀਕ ਕਰਕੇ ਆਪਣੇ ਆਪ ਨਾਲ ਠੀਕ ਕਰ ਰਹੀ ਹੈ ਜਾਂ ਠੀਕ ਕਰ ਰਿਹਾ ਕਿਉਂਕਿ ਤੂੰ ਜਦੋਂ ਉਹਨੂੰ ਮਾਫ਼ ਕਰਤਾ ਤੇਰੇ ਆਪਣੇ ਜਿਹੜੇ ਕੰਧਿਆਂ ਤੋਂ ਪਾਰ ਹੈ ਨਾ ਉਹ ਉਸੇ ਵੇਲੇ ਛੱਡ ਜਾਣਾ ਤੇ ਉਹਨੂੰ ਦੇਖ ਕੇ ਤੈਨੂੰ ਅਗਲੀ ਵਾਰੀ ਗੁੱਸਾ ਨਹੀਂ ਆਉਣਾ ਤੇ ਜਦੋਂ ਗੁੱਸਾ ਨਹੀਂ ਆਏਗਾ ਤੇ ਉਸ ਇਨਸਾਨ ਦੇ ਪੋਜ਼ਿਟਿਵਸ ਤੈਨੂੰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਬੜੀ ਵਾਰੀ ਤੇ ਆਪਾਂ ਇਹ ਵੀ ਵੇਖਦੇ ਹਾਂ ਕਿ ਸਾਡਾ ਜਿਹੜਾ ਬਿਹੇਵੀਅਰ ਹੈ ਆਪਾਂ ਇਸ ਕਰਕੇ ਹੀ ਨਹੀਂ ਠੀਕ ਕਰਨਾ ਚਾਹੁੰਦੇ ਕਿ ਲੋਕ ਕੀ ਕਹਿਣਗੇ ਹਾਂਜੀ ਜਿਨ੍ਹਾਂ ਦੇ ਨਾਲ ਬੈਠ ਕੇ ਆਪਾਂ ਵੱਡੀਆਂ ਵੱਡੀਆਂ ਬਖਤੋਈਆਂ ਕੀਤੀਆਂ ਹੁੰਦੀਆਂ ਵੱਡੇ ਵੱਡੇ ਵੱਟੇ ਪਾਏ ਹੁੰਦੇ ਕਿਸੇ ਦੀਆਂ ਜੜ੍ਹਾਂ ਦੇ ਵਿੱਚ ਭਰ ਭਰ ਕੇ ਆਪਾਂ ਲੱਪਾਂ ਪਾਈਆਂ ਹੁੰਦੀਆਂ ਸੋ ਫਿਰ ਸਾਨੂੰ ਉਹ ਹੀ ਨਹੀਂ ਖਲੋਣ ਦਿੰਦਾ ਕਿ ਹੁਣ ਜੇ ਮੈਂ ਦੁਬਾਰਾ ਆਪਣੇ ਰਿਲੇਸ਼ਨ ਇਹਦੇ ਨਾਲ ਸਹੀ ਕਰੂੰਗਾ ਤੇ ਉਹ ਕੀ ਕਹਿਣਗੇ ਕਿਉਂਕਿ ਉਹ ਵੀ ਕਾਮਨ ਫਰੈਂਡ ਨੇ ਬਿਲਕੁਲ ਜੀ ਉਹ ਵੀ ਕਾਮਨ ਪਰਿਵਾਰ ਦਾ ਟਾਈਮ ਹੈ ਕਿਹਾ ਬੈਡ ਬਿਹੇਵੀਅਰ ਨੂੰ ਸਭ ਤੋਂ ਜ਼ਿਆਦਾ ਵਾਧਾ ਤੁਹਾਡੇ ਫਰੈਂਡਸ ਦਿੰਦੇ ਨੇ ਜਿਹੜੇ ਉਹਨੂੰ ਜਸਟੀਫਾਈ ਕਰਦੇ ਨੇ ਤੁਹਾਡੇ ਬੈਡ ਬਿਹੇਵੀਅਰ ਨੂੰ ਤੇ ਪਹਿਲਾਂ ਤੁਸੀਂ ਜਦੋਂ ਵਾਈ ਕਰ ਲਿਆ ਵਾਟ ਕਰ ਲਿਆ ਕਿੱਦਾਂ ਕਰਨਾ ਉਹ ਹੈਗਾ ਕਿ ਇਹੋ ਜਿਹੇ ਲੋਕਾਂ ਦੀ ਸਟੈਂਪ ਨੂੰ ਤੋੜੋ ਜੀ ਡੋਂਟ ਇਨਡੋਰਸ ਯੋਰ ਬੈਡ ਬਿਹੇਵੀਅਰ ਉਹਨੂੰ ਜਸਟੀਫਾਈ ਕਰਨਾ ਛੱਡ ਦਿਓ ਇਹ ਲੋਕੀ ਨੇ ਜਿਹੜੇ ਤੁਹਾਨੂੰ ਪਹਿਲਾਂ ਹਾਂ ਹਾਂ ਕਹਿ ਰਹੇ ਸੀ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਗਲਤ ਸੀਗਾ ਤੇ ਜੇ ਪਹਿਲਾਂ ਹਾਂ ਕਹਿ ਰਹੇ ਸੀ ਹੁਣੇ ਵੀ ਹਾਂ ਹਾਂ ਹੀ ਕਹਿਣਗੇ ਕਿ ਹਾਂ ਹਾਂ ਤੂੰ ਗਲਤ ਸੀਗਾ ਤੂੰ ਹੁਣ ਠੀਕ ਸੋਚ ਰਹੇ ਹੁਣ ਵੀ ਉਹਨਾਂ ਨੇ ਉਹੀ ਕਹਿਣਾ ਉਹੀ ਕਹਿਣਾ ਕਿਉਂਕਿ ਉਹਨਾਂ ਦੀ ਹੈਬਿਟ ਨਹੀਂ ਚੇਂਜ ਹੋਈ ਨਾ ਸਹੀ ਤੇ ਤੁਸੀਂ ਇਹ ਸੋਚਣਾ ਛੱਡ ਦਿਓ ਕਿ ਉਹ ਕੀ ਕਹਿਣਗੇ ਉਹ ਹਾਲੇ ਵੀ ਤੁਹਾਡੀ ਹਾਂ 'ਚ ਹਾਂ ਹੀ ਮਿਲਾਣਗੇ ਕਿਉਂਕਿ ਜੇ ਉਹਨਾਂ ਨੇ ਤੁਹਾਡੇ ਲਈ ਕੁਝ ਚੰਗਾ ਹੀ ਸੋਚਣਾ ਹੁੰਦਾ ਉਹ ਪਹਿਲੀ ਵਾਰੀ ਕਹਿ ਦਿੰਦੇ ਪਹਿਲਾਂ ਹੀ ਸੋਚ ਲੈਂਦੇ ਸਹੀ ਸਹੀ ਤੇ ਉਹਨਾਂ ਨਾਲ ਆਪਣੇ ਆਪ ਨੂੰ ਸਰਾਊਂਡ ਕਰੋ ਹੁਣ ਜਿਹੜੇ ਤੁਹਾਨੂੰ ਠੀਕ ਸਲਾਹ ਦਿੰਦੇ ਨੇ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਦਿੰਦੇ ਨੇ ਤੇ
ਕਿਤੇ ਨਾ ਕਿਤੇ ਹਰ ਇਨਸਾਨ ਦੇ ਮਨ ਨੂੰ ਪਤਾ ਹੈ ਕਿ ਮੈਨੂੰ ਸਾਹਮਣੇ ਵਾਲਾ ਜਿਹੜਾ ਸਲਾਹ ਦੇ ਰਿਹਾ ਉਹ ਠੀਕ ਹੈ ਕਿ ਨਹੀਂ। ਰੱਬ ਨੇ ਦਿਲ ਦੇ ਦਿਮਾਗ ਹਰ ਇੱਕ ਨੂੰ ਇੰਡੀਵਿਜੁਅਲੀ ਦਿੱਤਾ ਹੈ, ਇਸ ਕਰਕੇ ਦਿੱਤਾ ਹੈ ਕਿ ਉਹ ਆਪ ਸੋਚ ਸਕੇ, ਆਪ ਡਿਸੀਜਨ ਲੈ ਸਕੇ। ਜਿਹੜੇ ਲੋਕ ਤੁਹਾਡੀ ਹਾਂ ਚ ਹਾਂ ਮਿਲਾ ਰਹੇ ਨੇ ਰਣਜੋਤ ਜੀ, ਜੇ ਉਹ ਕੱਲ ਨੂੰ ਕਹਿ ਦੇਣ ਕਿ ਆਪਣਾ ਮਕਾਨ ਮੇਰੇ ਨਾਂ ਕਰ ਦੇ, ਕਰ ਦੋਗੇ? ਸਹੀ, ਤੁਹਾਨੂੰ ਪਤਾ ਹੈ ਮਨ ਚ ਕਿ ਕਿਹੜੀ ਸਲਾਹ ਲੈਣੀ ਹੈ ਕਿਹੜੀ ਨਹੀਂ ਲੈਣੀ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਕਹਿਣ ਤੇ ਮੈਂ ਗਲਤ ਕੰਮ ਕੀਤਾ। ਬਿਲਕੁਲ, ਆਉਂਦੇ ਹੁੰਦੇ ਸੁਣੋ ਸਭ ਦੀ ਤੇ ਕਰੋ ਆਪਣੇ ਮਨ ਦੀ। ਤੁਸੀਂ ਸੁਣ ਸਾਰਿਆਂ ਦੇ ਲਈ ਆ, ਪਰ ਤੁਹਾਨੂੰ ਵੀ ਪਰਮਾਤਮਾ ਨੇ ਸੋਝੀ ਦਿੱਤੀ ਹੈ। ਤੁਸੀਂ ਆਪਣੇ ਮਾਈਂਡ ਦੇ ਨਾਲ ਉਹਨੂੰ ਐਨਾਲਾਈਜ਼ ਕਰ ਸਕਦੇ ਹੋ ਕਿ ਇਹ ਮੇਰੇ ਲਈ ਕਿੰਨੀ ਕੁ ਵਾਜਬ ਆ, ਕਿੰਨੀ ਕੁ ਮੇਰੇ ਲਈ ਨਹੀਂ। ਸਿਰਫ ਤੇ ਸਿਰਫ ਕਿਸੇ ਦੀਆਂ ਸੁਣੀਆਂ ਸੁਣਾਈਆਂ ਤੇ ਘਰ ਨਹੀਂ ਚੱਲਦੇ, ਨਹੀਂ ਚੱਲਦੇ। ਤੇ ਆਲਵੇਜ਼ ਇਮੇਜਿਨ ਯੋਰਸੈਲਫ, ਜਦੋਂ ਤੁਸੀਂ ਇਹ ਵਾਈ ਵਾਟ ਵਾਂਟ ਦੇ ਆਨਸਰ ਲੈ ਲਏ, ਆਲਵੇਜ਼ ਇਮੇਜਿਨ ਯੋਰਸੈਲਫ ਸਕਸੀਡ। ਤੁਹਾਡੇ ਦਿਮਾਗ 'ਚ ਜਿਹੜੀ ਫਿਲਮ ਚੱਲ ਰਹੀ ਹੈ ਨਾ ਕਿ ਇਹ ਹੋਏਗਾ ਕਿ ਨਹੀਂ ਹੋਏਗਾ, ਉਹਨੂੰ ਖਤਮ ਕਰਕੇ ਸਿਰਫ ਇਹ ਸੋਚੋ ਕਿ ਇਹ ਪੋਸੀਬਲ ਹੈ। ਕਿਉਂਕਿ ਜੇ ਤੁਸੀਂ ਪੋਜ਼ਿਟਿਵ ਸੋਚੋਗੇ, ਤੁਸੀਂ ਕਹੋਗੇ ਕਿ ਮੈਂ ਆਪਣੇ ਆਪ ਨੂੰ ਚੇਂਜ ਕਰਨਾ ਤੇ ਮੇਰਾ ਬੈਡ ਬਿਹੇਵੀਅਰ ਚੇਂਜ ਹੋਏਗਾ, ਤੇ ਰਣਜੋਤ ਜੀ ਫਿਰ ਤਾਂ ਪਰਮਾਤਮਾ ਵੀ ਤੁਹਾਡੇ ਨਾਲ ਲੱਗ ਜਾਂਦਾ ਇਹ ਕਹਿਣ ਲਈ ਕਿ ਤੁਹਾਡਾ ਬੈਡ ਬਿਹੇਵੀਅਰ ਚੇਂਜ ਹੋਏਗਾ। ਸਹੀ ਹੈ ਜੀ, ਬੜੀ ਹਰੀ ਇਹ ਚੀਜ਼ਾਂ ਮੈਂ ਖੁਦ ਐਕਸਪੀਰੀਅੰਸ ਕੀਤੀਆਂ ਗੱਲਾਂ ਨੇ। ਜਦੋਂ ਤੁਹਾਡਾ ਬਿਹੇਵੀਅਰ ਪੋਜ਼ਿਟਿਵ ਹੋਵੇ, ਜਦੋਂ ਤੁਹਾਡੇ ਇਰਾਦੇ ਨੇਕ ਹੋਣ ਤੇ ਤੁਹਾਨੂੰ ਪਤਾ ਹੋਵੇ ਕਿ ਇਹ ਚੀਜ਼ ਤੁਸੀਂ ਅਚੀਵ ਕਰਨੀ ਆ, ਕੋਈ ਇੱਦਾਂ ਦਾ ਰੀਜ਼ਨ ਹੀ ਨਹੀਂ ਆ ਕਿ ਤੁਸੀਂ ਨਾ ਅਚੀਵ ਕਰ ਸਕੋ। ਬੜੀ ਵਾਰੀ ਅਨਬਲੀਵੇਬਲ ਗੱਲਾਂ ਵੀ ਹੋ ਜਾਂਦੀਆਂ ਨੇ, ਉਹ ਵੀ ਹਕੀਕਤ ਦੇ ਵਿੱਚ ਬਦਲ ਜਾਂਦੀਆਂ। ਜੇਕਰ ਤੁਹਾਡਾ ਜਜ਼ਬਾ ਸਿਰਫ ਤੇ ਸਿਰਫ ਇੰਨਾ ਹੋਵੇ ਵੀ ਮੈਂ ਕਰਨਾ, ਮੈਂ ਕਰਨਾ, ਤੇ ਜਿੱਥੇ ਆਪਾਂ ਦੋ ਚੀਜ਼ਾਂ ਲੈ ਕੇ ਤੁਰਦੇ ਹਾਂ, ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਕਰਨਾ ਵੀ ਚਾਹੁੰਦੇ ਹਾਂ ਤੇ ਨਾਲ ਦੀ ਨਾਲ ਸਾਡੇ ਦਿਮਾਗ 'ਚ ਇਹ ਵੀ ਰਹਿੰਦਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਉਹਦੇ ਨਾਲ ਫਰਕ ਸਿਰਫ ਇਹ ਪੈਂਦਾ ਵਾ ਕਿ ਇੱਕ ਤੇ ਸਾਡੀ ਪੁਸ਼ ਮਾਰਨ ਦੀ ਸ਼ਕਤੀ ਆਪਣੇ ਆਪ ਹੀ ਆਪਾਂ ਘਟਾ ਲੈਂਦੇ ਹਾਂ। ਬਿਲਕੁਲ ਜੀ, ਕਿਉਂਕਿ ਕਿਤੇ ਨਾ ਕਿਤੇ ਆਪਾਂ ਇੱਕ ਨਹੀਂ ਦੋ ਏਮ ਲੈ ਕੇ ਚੱਲ ਰਹੇ ਹਾਂ ਕਿ ਇਹ ਤੇ ਨਹੀਂ ਹੋਣਾ। ਸਾਡੇ ਅਸੀਂ ਆਪਣੇ ਮਾਈਂਡ ਨੂੰ ਪਹਿਲਾਂ ਹੀ ਮਨਾ ਲਿਆ ਵੀ ਨਹੀਂ ਇਹ ਨਹੀਂ ਵੀ ਹੋਊਗਾ ਤੇ ਤੂੰ ਇਹਦੇ 'ਚ ਸੈਟਿਸਫਾਈ ਹੈ। ਸਭ ਤੋਂ ਪਹਿਲਾਂ ਤੇ ਉਹ ਵਾਲਾ ਖਾਣਾ ਖਤਮ ਕਰ, ਸਾਈਡ ਤੇ ਕਰੋ। ਕੁਛ ਵੀ ਤੁਸੀਂ ਕਰਨਾ ਵਾ ਤੇ ਸਿਰਫ ਇੱਕ ਦੀ ਇੱਕ ਗੋਲ ਰੱਖੋ ਕਿ ਇਹ ਮੈਂ ਕਰਨਾ ਵਾ ਤੇ ਇਹ ਹੋਣਾ ਹੀ ਹੋਣਾ। ਬਿਲਕੁਲ ਜੀ, ਬਾਕੀ ਉਹ ਤੋਂ ਬਾਅਦ 'ਚ, ਕਿਉਂਕਿ ਜੇ ਤੁਹਾਡਾ ਗੋਲ ਹੀ ਪੋਜ਼ਿਟਿਵ ਨਹੀਂ ਹੈ ਜਾਂ ਗੋਲ ਤੁਹਾਨੂੰ ਇਹ ਕਹਿ ਰਿਹਾ ਕਿ ਤੇ ਕਰਨਾ ਹੀ ਨਹੀਂ ਹੈ, ਤੁਸੀਂ ਕਿੱਥੋਂ ਹਿੰਮਤ ਲੈਣੀ ਹੈ ਕਰਨ ਲਈ? ਉਹ ਅੱਧੇ ਰਸਤੇ ਤੁਸੀਂ ਕਿਤੇ ਨਾ ਕਿਤੇ ਅੱਧੇ ਹਾਫ ਹਾਰਟਡਲੀ ਛੱਡ ਦੇਣਾ ਕਿ ਸ਼ਾਇਦ ਹੋਏਗਾ ਨਹੀਂ ਹੋਏਗਾ, ਈਜ਼ੀ ਵੇ ਹੈ ਕਿ ਮੈਂ ਹੁਣ ਛੱਡ ਹੀ ਦਾਂ। ਬਿਲਕੁਲ, ਤੇ ਜੇ ਤੁਸੀਂ ਆਪਣੇ ਮਨ 'ਚ ਇਮੇਜ ਬਣਾ ਲਈ ਕਿ ਮੈਂ ਉੱਥੇ ਜਾ ਕੇ ਉਹ ਚੀਜ਼ ਅਚੀਵ ਕਰਨੀ ਹੈ ਤੇ ਮੈਨੂੰ ਮਿਲਣੀ ਮਿਲਣੀ ਹੈ, ਫਿਰ ਕੁਛ ਵੀ ਤੁਹਾਡੇ ਰਸਤੇ ਆ ਜਾਏ ਤੁਸੀਂ ਉੱਥੇ ਪਹੁੰਚੋਗੇ। ਮੈਂ ਤੁਹਾਨੂੰ ਐਗਜ਼ਾਮਪਲ ਦਾਂਗੀ, ਅਸੀਂ ਸਾਰੇ ਜਾਣਦੇ ਹਾਂ ਅੱਜ ਉਸ ਸ਼ਖਸੀਅਤ ਨੂੰ, ਨਵਜੋਤ ਸਿੰਘ ਸਿੱਧੂ ਜੀ ਦਾ ਨਾਮ ਕੌਣ ਨਹੀਂ ਜਾਣਦਾ ਜੀ। ਉਹਨਾਂ ਨੂੰ ਅੱਜ ਲੋਕ ਕਿਉਂ ਜਾਣਦੇ ਨੇ? ਇਸ ਕਰਕੇ ਨਹੀਂ ਕਿ ਉਹ ਇੱਕ ਕ੍ਰਿਕਟਰ ਨੇ, ਇਸ ਕਰਕੇ ਕਿ ਜਿਹੜਾ ਉਹ ਮੰਚ ਤੇ ਆ ਕੇ ਬੋਲਦੇ ਨੇ, ਦ ਪਾਵਰ ਆਫ ਸਪੀਕਿੰਗ ਹੀ ਹੈਜ਼, ਹਰ ਕੋਈ ਸੁਣਦਾ, ਭਾਵੇਂ ਉਹ ਕੁਛ ਵੀ ਬੋਲ ਰਹੇ ਹੋਣ, ਕਿੱਥੋਂ ਬਣਾ ਕੇ ਬੋਲ ਰਹੇ ਹੋਣ, ਪੜ੍ਹ ਕੇ ਬੋਲ ਰਹੇ ਹੋਣ। ਤੁਹਾਨੂੰ ਪਤਾ ਇੱਕ ਸਟੇਜ ਇੱਦਾਂ ਦੀ ਸੀ ਜਦੋਂ ਉਹ 99 ਤੇ ਆਊਟ ਹੋ ਜਾਂਦੇ ਸੀ ਜੀ, ਤੇ ਉਹਨਾਂ ਦੀ ਆਪ ਦੱਸੀ ਹੋਈ ਇਹ ਸਟੋਰੀ ਹੈ। ਤੁਹਾਨੂੰ ਪਤਾ ਉਹ 99 ਤੇ ਆਊਟ ਕਿਉਂ ਹੁੰਦੇ ਸੀ? ਕਿਉਂਕਿ ਉਹ ਬੋਲਣਾ ਨਹੀਂ ਚਾਹੁੰਦੇ, ਮਾਈਕ ਨਹੀਂ ਚਾਹੁੰਦੇ ਸੀ। ਉਹ ਇਨਸਾਨ ਇੰਨਾ ਸ਼ਰਮਸਾਰ ਸੀ ਕਿ ਮੈਂ ਉਹਨੂੰ, ਮੈਂ ਬੋਲਣਾ ਨਹੀਂ ਹੈ। ਉਹਨਾਂ ਦੇ ਜਦੋਂ ਉੱਤੇ ਵਾਲੇ ਕਿਰਾਏਦਾਰ ਥੱਲੇ ਆਉਂਦੇ ਸੀ ਉਹਨਾਂ ਦੇ ਘਰ 'ਚ ਗੱਲ ਕਰਨ ਲਈ, ਉਹ ਮੰਜੇ ਥੱਲੇ ਲੱਭ ਲੁਕ ਜਾਂਦੇ ਸੀ ਕਿ ਮੈਨੂੰ ਇਹਦੇ ਨਾਲ ਗੱਲ ਨਾ ਕਰਨੀ ਪਏ। ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੂੰ ਇੰਨਾ ਕੁਛ ਅਚੀਵ ਕਰ ਸਕਦਾ, ਸਿਰਫ ਬੋਲਣਾ ਸਿੱਖ ਲੈ। ਤੇ ਉਹਨਾਂ ਨੇ ਆਪਣੇ ਮਾਇੰਡ 'ਚ, ਉਹਨਾਂ ਨੇ ਕਿਸੇ ਨੇ ਪੁੱਛਿਆ ਕਿ ਕਿੱਦਾਂ ਕੀਤਾ, ਇਸ ਇਜ਼ ਮੈਂ ਆਪਣੇ ਮਾਇੰਡ 'ਚ ਪਿਕਚਰ ਬਣਾ ਲਈ ਕਿ ਮੈਂ ਸਟੇਜ 'ਤੇ ਚੜ੍ਹ ਕੇ ਲੈਕਚਰ ਦੇ ਰਿਹਾ, ਤੇ ਬਾਥਰੂਮ ਨੇ ਆਪਣੇ ਆਪਣੇ ਬੰਦ ਕਰ ਲੈਂਦੇ ਸੀ ਤੇ ਉੱਥੇ ਜਾ ਕੇ ਸਪੀਚਸ ਪ੍ਰੈਕਟਿਸ ਕਰਦੇ ਸੀ। ਤੇ ਅੱਜ ਦੀ ਡੇਟ 'ਚ ਹੀ ਜੱਜਿਸ ਅ ਸ਼ੋ, ਉਹ ਕਮੈਂਟੇਟਰ ਨੇ, ਜਿਹੜਾ ਬੰਦਾ ਇੱਕ 99 ਤੇ ਆਊਟ ਹੋ ਜਾਂਦਾ ਸੀ ਕਿ ਸਿਰਫ ਥੈਂਕ ਯੂ ਸਪੀਚ ਨਾ ਦੇਣੀ ਪਏ, ਵਾਟ ਹੈਜ਼ ਹੀ ਅਚੀਵਡ? ਇੱਕ ਬਿਹੇਵੀਅਰ ਹੀ ਚੇਂਜ ਕੀਤਾ, ਬਿਲਕੁਲ, ਇੱਕ ਮਾਇੰਡ 'ਚ ਪੋਜ਼ਿਟਿਵ ਪਿਕਚਰ ਹੀ ਲੈ ਕੇ ਆਏ ਜੀ, ਤੇ ਕਿੱਥੇ ਸਕਸੈਸਫੁਲ ਨੇ? ਬਿਲਕੁਲ। ਤੇ ਜੇ ਉਹਨਾਂ ਲੋਕਾਂ 'ਚ ਸਰਾਊਂਡ ਕਰਦੇ, ਫਿਰ ਕੀਤਾ ਵੀ ਆਪਣੇ ਆਪ ਲਈ, ਆਪਣੇ ਲਈ ਕੀਤਾ, ਗੱਲ ਆਪਾਂ ਇੱਥੇ ਬੈਠੇ ਕਰ ਰਹੇ ਹਾਂ, ਸਾਰੀ ਦੁਨੀਆ ਕਰ ਰਹੀ ਹੈ, ਕਰਨਾ ਹੀ ਆਪਣੇ ਆਪ ਲਈ ਹੁੰਦਾ ਸਾਰਾ, ਉਹਨਾਂ ਨੂੰ ਹੀ ਸਭ ਕੁਝ ਮਿਲਿਆ। ਇਹ ਤਾਂ ਨਹੀਂ ਕਿ ਮੇਰਾ ਮੋਰਗੇਜ ਪੇ ਕਰ ਗਏ ਜਾਂ ਤੁਹਾਡੇ ਕੋਲ, ਪਰ ਕਹਿਣ ਦਾ ਮਤਲਬ ਹੈ ਕਿ ਹੀ ਇਜ਼ ਅਚੀਵਡ ਸਮਥਿੰਗ। ਸਹੀ, ਤੇ ਇਸ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕ ਉਹ ਪੋਜ਼ਿਟਿਵ ਮਾਇੰਡ 'ਚ ਫਿਲਮ ਚੱਲਦੀ ਹੈ ਕਿ ਮੈਂ ਸਕਸੈਸਫੁਲ ਹੋਵਾਂਗਾ, ਤੇ ਤੁਸੀਂ ਸਕਸੈਸਫੁਲ ਹੋਵੋਗੇ। ਬਿਲਕੁਲ, ਹਮੇਸ਼ਾ ਸੋ ਸਾਨੂੰ ਹਮੇਸ਼ਾ ਪੋਜ਼ਿਟਿਵ ਹੀ ਸੋਚਣਾ ਚਾਹੀਦਾ ਵਾ ਜੀ, ਤੇ ਪੋਜ਼ਿਟਿਵ ਲੋਕਾਂ ਦੇ ਵਿੱਚ ਰਹਿਣਾ ਸਾਨੂੰ ਹਮੇਸ਼ਾ ਬਹੁਤ ਜ਼ਰੂਰੀ ਆ, ਉਹ ਸਾਡੇ ਬਿਹੇਵੀਅਰ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦਾ। ਜਿਹੜੇ ਬੰਦਿਆਂ ਦੇ ਹਮੇਸ਼ਾ ਤੁਹਾਡੇ ਨਾਲ ਨੈਗੇਟਿਵ ਗੱਲਾਂ ਕਰਨੀਆਂ ਨੇ, ਮਰ ਗਿਆ, ਰੁੜ ਗਿਆ, ਹੈ ਨਹੀਂ, ਕੁਛ ਨਹੀਂ ਬਣਨਾ, ਜਿਹੜੇ ਬੰਦਿਆਂ ਨੇ ਇਹ ਤੁਹਾਡੇ ਨਾਲ ਗੱਲਾਂ, ਬੜੇ ਸਾਰੇ ਤੁਹਾਨੂੰ ਇੱਥੇ ਇੱਦਾਂ ਦੇ ਮਿਲ ਜਾਣਗੇ ਜਿਹੜੇ ਗੱਲ ਗੱਲ ਦੇ ਉੱਤੇ ਇਹ ਕਰਨਗੇ ਮੈਂ ਵਾਪਸ ਚੱਲ ਜਾਣਾ, ਇੱਥੇ ਕੀ ਆ ਜੀ, ਇੱਥੇ ਬਸ ਲੋਕਾਂ ਜੋਗੇ ਹੀ ਆ, ਸਰਕਾਰ ਜੋਗੇ ਹੀ ਆ, ਪੈਸਾ ਨਹੀਂ ਕੋਈ ਬਚਦਾ, ਦਿਸ ਐਂਡ ਦੈਟ। ਪਰ ਉਹਨਾਂ ਨੂੰ ਕਦੀ ਜਾਂਦੇ ਵੀ ਵੇਖਿਆ ਜੀ? ਨਹੀਂ, ਉਹ ਉੱਥੇ ਬਹਿ ਕੇ ਰੋਂਦੇ ਹੀ ਰਹਿਣਗੇ, ਉਹ ਇੱਥੇ ਹੀ ਨੇ ਉਦੋਂ ਦੇ। ਪਰ ਤੁਸੀਂ ਦੇਖੋਗੇ ਉਹ ਕਦੀ ਨਾ ਉਹ
ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਉਸ ਕੂਏ ਚ ਬੰਦ ਕਰ ਲਿਆ ਜਿਹੜਾ ਕੂਆ ਕਹਿੰਦਾ ਹੈ ਕਿ ਇਸ ਤੋਂ ਬਾਹਰ ਜ਼ਿੰਦਗੀ ਨਹੀਂ ਹੈ ਜੀ ਮੇਰੀ ਜ਼ਿੰਦਗੀ ਚ ਗੁਰਬਤ ਮੇਰੀ ਜ਼ਿੰਦਗੀ ਚ ਦੁੱਖ ਮੇਰੀ ਜ਼ਿੰਦਗੀ ਚ ਸਿਰਫ ਰੋਣਾ ਲਿਖਿਆ ਤੇ ਜੇ ਤੇਰਾ ਮਾਇੰਡ ਤੈਨੂੰ ਇਹ ਦੱਸ ਰਿਹਾ ਕਿ ਤੇਰੇ ਚ ਰੋਣਾ ਲਿਖਿਆ ਤੂੰ ਕਿੱਥੋਂ ਆਸ ਲਏਗਾ ਪਤਾ ਰਣਜੋਤ ਜੀ ਜਦੋਂ ਮੈਂ ਆਈ ਸੀ ਉਸ ਵੇਲੇ ਮੈਂ ਆਪਣੇ ਘਰ ਦੀ ਪਹਿਲੀ ਕੁੜੀ ਸੀ ਜਿਹੜੀ ਬਾਹਰ ਆਈ ਜੀ ਮੇਰੀ ਪੂਰੀ ਯੂਨੀਵਰਸਿਟੀ ਚ ਅਸੀਂ ਟੂ ਇੰਡੀਅਨ ਗਰਲ ਸੀਗੇ ਹੂ ਕੇਮ ਟੂ ਸਟੱਡੀ ਅਬਰੋਡ ਜੀ ਅੱਜ ਥਿੰਗਸ ਹੈਵ ਚੇਂਜਡ ਤੇ ਜਦੋਂ ਮੈਂ ਆਪਣੇ ਵੀਜ਼ਾ ਲਈ ਅਪਲਾਈ ਕੀਤਾ ਸਾਰਿਆਂ ਨੇ ਮੇਰੇ ਪੇਰੈਂਟਸ ਨੂੰ ਆ ਕੇ ਕਿਹਾ ਕਿ ਤੁਸੀਂ ਕੀ ਕਰਨ ਲੱਗੇ ਹੋ ਜੀ ਕੁੜੀ ਨੂੰ ਬਾਹਰ ਭੇਜ ਰਹੇ ਹੋ ਮਤਲਬ ਅਨਹਰਡ ਆਫ ਸੀਗਾ ਉਸ ਵੇਲੇ ਆਈ ਕੇਮ ਇਨ 99-2000 ਉਸ ਵੇਲੇ ਇੰਨੀ ਕੁੜੀਆਂ ਬਾਹਰ ਨਹੀਂ ਆਉਂਦੀਆਂ ਸੀ ਤੇ ਮੇਰੇ ਪੇਰੈਂਟਸ ਨੇ ਕਿਹਾ ਕਿ ਇਹ ਜੇ ਸੋਚ ਰਹੀ ਹੈ ਨਾ ਕਿ ਇਹ ਬਾਹਰ ਜਾ ਕੇ ਕੁਛ ਕਰੇਗੀ ਇਹ ਕਰ ਲਏਗੀ ਜੀ ਬਿਕਾਜ਼ ਉਹਨਾਂ ਨੇ ਬਚਪਨ ਤੋਂ ਇੱਕ ਚੀਜ਼ ਸਿਖਾਈ ਸੀ ਕਿ ਜੇ ਤੂੰ ਆਪਣੇ ਆਪ ਨੂੰ ਕਹੇਂਗੀ ਕਿ ਤੂੰ ਇਹ ਅਚੀਵ ਕਰ ਸਕਦੀ ਹੈ ਫਿਰ ਕੁਛ ਮਰਜ਼ੀ ਹੋ ਜਾਏ ਤੂੰ ਅਚੀਵ ਕਰ ਲਏਂਗੀ ਜੀ ਤੇ ਮੇਰੇ ਰਿਸ਼ਤੇਦਾਰ ਵੀ ਹੱਸੇ ਕਹਿੰਦੇ ਕਿ ਤੁਹਾਨੂੰ ਤਾਂ ਪਤਾ ਨਹੀਂ ਤੁਸੀਂ ਤਾਂ ਬੱਚਿਆਂ ਦੀ ਗੱਲਾਂ ਚ ਆ ਜਾਂਦੇ ਹੋ ਪਤਾ ਤਾਂ ਚੱਲੇਗਾ ਪਹਿਲਾਂ ਤਾਂ ਵੀਜ਼ਾ ਨਹੀਂ ਮਿਲਣਾ ਜੇ ਮਿਲ ਗਿਆ ਤਾਂ ਉੱਥੇ ਜਾ ਕੇ ਸੈੱਟ ਨਹੀਂ ਹੋਣਾ ਜੀ ਤੇ ਅੱਜ ਮੈਂ ਉਹਨੇ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਫੋਟੋਆਂ ਖਿਚਾਉਂਦੀ ਹਾਂ ਗੱਲਾਂ ਕਰਦੀ ਹਾਂ ਇਹ ਨਹੀਂ ਕਿ ਉਹ ਮਾੜਾ ਚਾਹੁੰਦੇ ਸੀ ਮੇਰੇ ਲਈ ਪਰ ਮੈਂਟੈਲਿਟੀ ਸੀਗੀ ਕਿ ਇਹ ਪੋਸੀਬਲ ਨਹੀਂ ਹੈ ਜੀ ਇੱਕ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਸੱਚ ਮੰਨ ਲਈਆਂ ਸੀ ਕਿ ਇਹ ਹੁੰਦਾ ਹੀ ਨਹੀਂ ਨਹੀਂ ਹੁੰਦਾ ਤੇ ਮੇਰੇ ਪੇਰੈਂਟਸ ਦੀ ਮੈਂਟੈਲਿਟੀ ਸੀ ਕਿ ਇਫ ਯੂ ਥਿੰਕ ਯੂ ਕੈਨ ਡੂ ਇਟ ਯੂ ਕੈਨ ਡੂ ਇਟ ਬਿਲਕੁਲ ਜੀ ਦਿਮਾਗ ਦੀ ਜਿਹੜੀ ਸੋਚਣ ਸ਼ਕਤੀ ਆ ਉਹਦੇ ਵਿੱਚ ਬਹੁਤ ਸ਼ਕਤੀ ਹੈ ਵੱਡੀ ਹੈ ਸਹੀ ਤੇ ਮੈਂ ਆਪ ਅਪਣਾਈ ਹੋਈ ਸ਼ਕਤੀ ਹੈ ਇਹ ਸੋਚ ਕੇ ਆਏ ਸੀ ਕਿ ਦੇਰ ਇਜ਼ ਨੋ ਡਿਫਰੈਂਟ ਵਰਲਡ ਜੇ ਮੈਂ ਕਿੱਥੇ ਜਾ ਰਹੀ ਹਾਂ ਤੇ ਮੈਂ ਉੱਥੇ ਬਸਣ ਜਾ ਰਹੀ ਹਾਂ ਤੇ ਸਕਸੈਸਫੁਲ ਹੋਣ ਜਾ ਰਹੀ ਹਾਂ ਫਿਰ ਕੋਈ ਹੋਰ ਰਸਤਾ ਦੇਖਿਆ ਨਹੀਂ ਬਿਲਕੁਲ ਇੱਕ ਦੀਪਿਕਾ ਜੀ ਮੈਂ ਪਿਛਲੇ ਦਿਨੀ ਵੀਡੀਓ ਵੇਖੀ ਹੈ ਫੇਸਬੁੱਕ ਪੇਜ ਦੇ ਉੱਤੇ ਉਹਦੇ ਵਿੱਚ ਕੀ ਸੀ ਇੱਕ ਖਾਲੀ ਪੇਜ ਸੀ ਤੇ ਖਾਲੀ ਪੇਜ ਦੇ ਉੱਤੇ ਉਹਨਾਂ ਨੇ ਨਾ 5-7 ਕੀੜੇ ਛੱਡੇ ਜੀ ਤੇ ਉਹ ਕੀੜੇ ਸਾਰੇ ਪੇਜ ਤੇ ਭੱਜੇ ਫਿਰਦੇ ਜੀ ਹਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹਨੇ ਕਿ ਇੱਕ ਮਾਰਕਰ ਲੈ ਕੇ ਇੱਕ ਛੋਟਾ ਜਿਹਾ ਬਾਕਸ ਬਣਾਤਾ ਜੀ ਤੇ ਉਸ ਤੋਂ ਬਾਅਦ ਕੀੜਿਆਂ ਨੂੰ ਉਸ ਬਾਕਸ ਦੇ ਵਿੱਚ ਛੱਡਤਾ ਹੁਣ ਸਾਰੇ ਦਾ ਸਾਰਾ ਪੇਜ ਉਸੇ ਤਰ੍ਹਾਂ ਹੀ ਆ ਪਰ ਉਹਨੇ ਇੱਕ ਬਾਕਸ ਵਿੱਚ ਛੋਟਾ ਜਿਹਾ ਕ੍ਰੀਏਟ ਕਰ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜੇ ਕੀੜੇ ਸੀ ਉਹ ਸਾਰਾ ਪੇਜ ਵਿਹਲਾ ਹੁੰਦਿਆਂ ਵੀ ਉਹ ਬਾਕਸ ਦੇ ਵਿੱਚ ਵਿੱਚ ਹੀ ਘੁੰਮ ਰਹੇ ਜੀ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਬਾਹਰ ਵੀ ਕੋਈ ਦੁਨੀਆ ਬਾਹਰ ਵੀ ਕੋਈ ਦੁਨੀਆ ਵਾ ਜਾਂ ਇਸ ਤੋਂ ਬਾਹਰ ਆਪਾਂ ਨਿਕਲ ਸਕਦੇ ਉਹਨਾਂ ਨੇ ਇਹ ਚੀਜ਼ ਮੰਨ ਲਈ ਕਿ ਇਸ ਬਾਕਸ 'ਚ ਹੀ ਹੈ ਸਾਰਾ ਕੁਝ ਉਹਨਾਂ ਨੇ ਆਪਣੀ ਤਕਦੀਰ ਕਿਸੇ ਹੋਰ ਦੇ ਹੱਥ ਛੱਡਤੀ ਜਿਹਨਾਂ ਨੇ ਡੀਮਾਰਕੇਟ ਕੀਤਾ ਕਿ ਤੂੰ ਤੇਰਾ ਇਹ ਡੱਬਾ ਹੈ ਜੀ ਤੂੰ ਇਸ ਤੋਂ ਬਾਅਦ ਨਹੀਂ ਸੋਚ ਸਕਦਾ ਬਿਲਕੁਲ ਤੇ ਸਾਡੇ ਕਈ ਭੈਣ ਭਰਾ ਇਦਾਂ ਦੇ ਨੇ ਜਿਹੜੇ ਉਸ ਡੱਬੇ 'ਚ ਵੀ ਅੱਜ ਰਹਿ ਰਹੇ ਨੇ ਤੇ ਜੀ ਰਹੇ ਨੇ ਤੇ ਤੁਰਦੇ ਰਹਿਣਗੇ ਬਹੁਤ ਜ਼ਰੂਰੀ ਹੈ ਕਿ ਉਸ ਤੋਂ ਬਾਅਦ ਡੱਬੇ ਤੋਂ ਆਪਣੀ ਜ਼ਿੰਦਗੀ ਲੱਭੋ ਬਾਹਰ ਇੱਕ ਬਹੁਤ ਪਿਆਰੀ ਦੁਨੀਆ ਵਸਦੀ ਹੈ ਆਸਟ੍ਰੇਲੀਆ ਇੱਕ ਬਹੁਤ ਪਿਆਰਾ ਕੰਟਰੀ ਹੈ ਅਸੀਂ ਕਹਿੰਦੇ ਹਾਂ ਰੇਸਿਜ਼ਮ ਹੈ ਅਸੀਂ ਕਹਿੰਦੇ ਹਾਂ ਸਭ ਕੁਝ ਹੈਗਾ ਪਰ ਰਣਜੋਤ ਜੀ ਇਹ ਸਭ ਕੁਝ ਇੰਡੀਆ 'ਚ ਵੀ ਹੈ ਜੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਕੰਟਰੀ 'ਚ ਕੋਈ ਭੇਦਭਾਵ ਨਹੀਂ ਹੈ ਕੋਈ ਮੁਸ਼ਕਿਲਾਂ ਨਹੀਂ ਆਉਣਗੀਆਂ ਸਾਡੀ ਸਰਕਾਰ ਬਿਲਕੁਲ 100% ਕਰਪਸ਼ਨ ਫਰੀ ਹੈ ਉੱਥੇ ਜਦੋਂ ਜਹਿਦ ਹਰ ਰੋਜ਼ ਹੈਗੀ ਹੈ ਇੱਥੇ ਵੀ ਹੈ ਪਰ ਇੱਕ ਅਸੀਂ ਮਾਇੰਡ ਸੈਟ ਬਣਾ ਲਿਆ ਕਿ ਫੋਰਨ ਲੈਂਡ ਇੱਥੇ ਸਾਡੀ ਸੁਣਵਾਈ ਨਹੀਂ ਜੇ ਟਾਈਮ ਰਾਈਟ ਹੈ ਨਾ ਤੇ ਕਿੱਥੇ ਵੀ ਤੁਹਾਡੀ ਸੁਣਵਾਈ ਹੈ ਬਿਲਕੁਲ ਜੀ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਕੁਛ ਤੇ ਕਿਤੇ ਵੀ ਕੁਛ ਕਰ ਸਕਦੇ ਹੋ ਸਿਰਫ ਡਿਪੈਂਡ ਹੈ ਕਿ ਤੁਹਾਡੇ ਵਿੱਚ ਹਿੰਮਤ ਕਿੰਨੀ ਕੁ ਹੈ ਤੁਸੀਂ ਆਪਣੇ ਆਪ ਦੇ ਉੱਤੇ ਆਪਣੀ ਕਾਬਲੀਅਤ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਸੋ ਪੁਆਇੰਟ ਇਹ ਸੀ ਕਿ ਪੋਜ਼ਿਟਿਵ ਲੋਕਾਂ ਦੇ ਵਿੱਚ ਰਹਿ ਕੇ ਆਪਣਾ ਪੋਜ਼ਿਟਿਵ ਬਿਹੇਵੀਅਰ ਬਣਾ ਕੇ ਰੱਖਣਾ ਤਾਂ ਕਿ ਤੁਹਾਡਾ ਬਿਹੇਵੀਅਰ ਜਿਹੜਾ ਵਾ ਉਹ ਪਹਿਲਾਂ ਦੇ ਨਾਲੋਂ ਥੋੜ੍ਹਾ ਜਿਹਾ ਚੇਂਜ ਹੋਵੇ ਜੇ ਤੁਹਾਨੂੰ ਲੱਗਦਾ ਵਾ ਕੋਈ ਲਾਗੇ ਬੰਨੇ ਕੋਈ ਨੈਗੇਟਿਵ ਪਰਸਨੈਲਿਟੀ ਵਾਲਾ ਬੰਦਾ ਕੋਸ਼ਿਸ਼ ਕਰੋ ਉਹਨੂੰ ਵੀ ਇਹ ਚੀਜ਼ਾਂ ਦੱਸਣ ਦੀ ਉਹਨੂੰ ਚੇਂਜ ਕਰਨ ਦੀ ਜਾਂ ਜੇ ਨਹੀਂ ਤੁਹਾਡਾ ਉਹਦੇ ਬਗੈਰ ਸਰਦਾ ਵਾ ਤਾਂ ਉਹਦੇ ਤੋਂ ਥੋੜ੍ਹਾ ਜਿਹਾ ਦੂਰ ਰਹਿਣ ਦੀ ਨੈਕਸਟ ਪੁਆਇੰਟ ਦੀਪਕਾ ਜੀ ਬਸ ਮੈਂ ਤਾਂ ਇਹਨਾਂ ਕਹਿੰਦੀ ਜੁਆਇਨ ਫੋਰਸਿਸ ਵਿਦ ਸਮਵਨ ਹੂਜ਼ ਗੋਟ ਸੇਮ ਥਿੰਕਿੰਗ ਐਜ਼ ਯੂ ਇਨ ਪੋਜ਼ਿਟਿਵਿਟੀ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਪਤਾ ਕਿ ਸਾਡੇ ਦੋਸਤ ਯਾਰ ਕਿਹੜੇ ਨੇ ਛੱਡੋ ਨਹੀਂ ਜੇ ਉਹ ਤੁਹਾਡੀ ਹਾਂ ਛਾਂ ਵੀ ਮਿਲਾਉਂਦੇ ਨੇ ਸਮਝ ਜਾਓ ਕਿ ਮੇਰੀ ਹਾਂ ਛਾਂ ਮਿਲਾਉਣ ਵਾਲੇ ਨੇ ਜੀ ਪਰ ਉਹਨਾਂ ਲੱਭਾਂ ਨੂੰ ਉਹਨਾਂ ਲੋਕਾਂ ਨੂੰ ਲੱਭੋ ਜਿਹੜੇ ਠੀਕ ਤੁਹਾਡੇ ਵੇਵ ਲੈਂਥ ਮੈਚ ਕਰਦੇ ਨੇ ਤੇ ਤੁਹਾਨੂੰ ਠੀਕ ਰਾਹ ਪਾਉਂਦੇ ਨੇ ਭਾਵੇਂ ਉਹ ਤੁਹਾਡੇ ਆਪਣੇ ਮਾਂ ਪਿਓ ਹੀ ਕਿਉਂ ਨਾ ਹੋਣ ਸਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਅਸੀਂ ਸਲਾਹ ਲਈ ਆਪਣੇ ਦੋਸਤ ਲੱਭਦੇ ਨੇ ਤੁਹਾਡੇ ਕੋਲ ਸਭ ਤੋਂ ਵੱਡੇ ਟੀਚਰ ਤੁਹਾਡੇ ਆਪਣੇ ਪੇਰੈਂਟਸ ਨੇ ਤੇ ਅਸੀਂ ਉਹਨਾਂ ਕੋਲ ਹੀ ਸਲਾਹ ਲੈਣੀ ਜਾਂਦੇ ਕਿਉਂਕਿ ਸਾਨੂੰ ਲੱਗਦਾ ਸਮਾਂ ਚੇਂਜ ਹੋ ਗਿਆ ਇਹਨਾਂ ਨੂੰ ਸਮਝ ਨਹੀਂ ਆਉਣੀ ਉਹਨਾਂ ਨੇ ਸਾਡੇ ਤੋਂ ਜ਼ਿਆਦਾ ਬਹੁਤ ਜ਼ਿੰਦਗੀ ਦੇਖੀ ਹੈ ਆਪਣੇ ਨੇੜੇ ਤੇੜੇ ਆਪਣੇ ਰਿਸ਼ਤੇਦਾਰ ਆਪਣੀ ਫੈਮਿਲੀ 'ਚ ਆਪਣੇ ਬੈਸਟ ਫਰੈਂਡ ਲੱਭੋ ਤੇ ਜਦੋਂ ਤੁਸੀਂ ਆਪਣੇ ਫੈਮਿਲੀ 'ਚ ਆਪਣੇ ਬੈਸਟ ਫਰੈਂਡ ਲੱਭੋਗੇ ਨਾ ਤੁਹਾਡੇ ਤੁਹਾਨੂੰ ਜਿਹੜੀ ਸਲਾਹ ਮਿਲੇਗੀ ਉਹ ਫਰੈਂਡਸ ਕੋਲੋਂ ਜ਼ਿਆਦਾ ਚੰਗੀ ਹੋਏਗੀ ਜੀ ਸਾਨੂੰ ਕੀ ਲੱਗਦਾ ਕਿ ਯੂ ਨੋ ਪੇਰੈਂਟਸ ਨੇ ਹਸਬੈਂਡ ਨੇ ਘਰ ਦੀ ਮੁਰਗੀ ਦਾਲ ਬਰਾਬਰ ਵਾਲਾ ਕੰਮ ਹੋ ਜਾਂਦਾ ਕਿ ਇਹਨਾਂ ਨੂੰ ਕੀ ਪਤਾ ਬਾਹਰ ਵਾਲੇ ਨੂੰ ਜ਼ਿਆਦਾ ਪਤਾ ਹੈ ਬਾਹਰ ਵਾਲੇ ਆ ਕੇ ਭਾਵੇਂ ਸਲਾਹ ਲੈ ਜਾਣ ਹਾਂਜੀ ਉਹ 'ਚ ਕੋਈ ਸ਼ੱਕ ਨਹੀਂ ਉਹ ਲੈ ਜਾਣ ਪਰ ਅਸੀਂ ਨਹੀਂ ਮੰਗਣੀ ਜੀ
ਆਪਣੇ ਪੇਰੈਂਟਸ ਨੂੰ ਆਪਣਾ ਫਰੈਂਡ ਬਣਾਓ, ਆਪਣਾ ਐਟੀਟਿਊਡ ਚੇਂਜ ਕਰੋ ਤੇ ਉਹ ਆਦਤਾਂ ਨੂੰ ਚੇਂਜ ਕਰੋ ਜਿਨ੍ਹਾਂ ਆਦਤਾਂ ਕਰਕੇ ਤੁਹਾਡੇ ਦਿਮਾਗ 'ਚ ਨੈਗੇਟਿਵ ਥੋਟਸ ਆਉਂਦੇ ਨੇ ਜੀ, ਤੇ ਉਹ ਸਾਰੀਆਂ ਤੁਹਾਨੂੰ ਪਤਾ ਨੇ, ਉਹ ਸਾਰੀਆਂ ਪਤਾ ਨੇ ਜੀ। ਸੋ ਐਂਡ ਆਫ ਸਟੋਰੀ ਇਜ਼ ਕਿ ਤੁਹਾਨੂੰ ਪਤਾ ਆ ਸਾਰਾ ਕੁਛ ਤੁਹਾਡੇ ਵਿੱਚ ਕੀ ਕੀ ਗਲਤੀਆਂ ਨੇ, ਤੁਹਾਡੇ ਦਿਮਾਗ ਨੂੰ ਪਤਾ ਵਾ ਵੀ ਕੀ ਕੀ ਤੁਸੀਂ ਗਲਤ ਸੋਚਦੇ ਹੋ। ਸਿਰਫ ਤੇ ਸਿਰਫ ਇੱਕ ਆਪਾਂ ਆਪਣੇ ਆਪ ਹੀ ਇੱਕ ਝੂਠ ਦਾ ਦਾਇਰਾ ਆਪਣੇ ਦੁਆਲੇ ਬਣਾ ਕੇ ਰੱਖਿਆ, ਬਾਕਸ ਬਣਾਇਆ ਹੈ ਕੀੜਿਆਂ ਵਾਲਾ, ਬਣਾਇਆ ਆਪਾਂ ਮੰਨਣਾ ਨਹੀਂ ਚਾਹੁੰਦੇ, ਉਹ ਪਤਾ ਹੁੰਦਿਆਂ ਵੀ ਆਪਾਂ ਮੰਨਣਾ ਨਹੀਂ ਚਾਹੁੰਦੇ ਕਿ ਇਹ ਸਾਡੇ ਵਿੱਚ ਗਲਤੀਆਂ ਨੇ। ਸਾਨੂੰ ਪਤਾ ਆ, ਕੋਸ਼ਿਸ਼ ਕਰੀਏ, ਅੱਜ ਥੋੜੀ ਜਿਹੀ ਕੀਤੀ, ਕੱਲ ਥੋੜੀ ਜਿਹੀ ਕੀਤੀ, ਇੱਕਦਮ ਨਹੀਂ ਛੁੱਟਦੀਆਂ ਜੀ। ਹੁਣ ਇੱਕਦਮ ਤੁਸੀਂ ਜੇ 3-4 ਚਮਚੇ ਪਾ ਕੇ ਜੇ ਚਾਹ ਪੀਂਦੇ ਹੋ ਤੁਸੀਂ, ਤੇ ਇਹ ਅੱਜ ਇੱਕਦਮ ਤੁਸੀਂ ਫਿੱਕੀ ਪੀਣੀ ਸ਼ੁਰੂ ਕਰ ਦੋ ਤੇ ਉਹ ਤੁਹਾਨੂੰ ਲੱਗੂਗਾ ਕਿ ਨਹੀਂ ਨਹੀਂ ਕਰ ਸਕਦੇ, ਉਹ ਵਿਡਰੋਲ ਸਿੰਪਟਮਸ ਆਣੇ ਸ਼ੁਰੂ ਹੋ ਜਾਣਗੇ। ਤੇ ਉਹ ਚੌਹਾਂ ਦੇ ਚੋਂ 3 ਕਰੋ, 3ਾਂ ਤੋਂ 2 ਤੇ 2ਾਂ ਤੋਂ 1, ਹੌਲੀ ਹੌਲੀ ਤੁਹਾਨੂੰ ਇੱਦਾਂ ਫੀਲ ਹੋਊਗਾ ਕਿ ਤੁਸੀਂ ਸ਼ਾਇਦ ਕਦੀ ਮਿੱਠੀ ਪੀਤੀ ਨਹੀਂ। ਸਹੀ ਗੱਲ ਹੈ, ਠੀਕ ਹੈ ਜੀ, ਉਹ ਵਾਲਾ ਟੇਸਟ ਹੀ ਤੁਹਾਨੂੰ ਭੁੱਲ ਜੂਗਾ ਜੀ। ਸੋ ਹੌਲੀ ਹੌਲੀ ਇਹ ਸਾਰਾ ਕੁਛ ਹੁੰਦਾ ਵਾ, ਕੋਸ਼ਿਸ਼ ਕਰੀਏ ਆਪਾਂ 1 by 1 ਉਹਨਾਂ ਚੀਜ਼ਾਂ ਨੂੰ, ਜਿਹੜੀ ਤੁਹਾਨੂੰ ਲੱਗਦਾ ਵਾ ਵੀ ਜਿਹੜੀ ਚੀਜ਼ ਤੁਸੀਂ ਸੌਖੀ ਛੱਡ ਸਕਦੇ ਉਹ ਤੁਸੀਂ ਥੋੜ੍ਹੀ ਜਿਹੀ ਪਹਿਲਾਂ ਛੱਡ ਦਿਓ, ਅਤੇ ਹੌਲੀ ਹੌਲੀ ਦੂਜੀਆਂ ਵੀ ਆਪਣੇ ਆਪ। ਕਈ ਵਾਰੀ ਜਿਹੜੀ ਇੱਕ 3-4 ਚੀਜ਼ਾਂ ਇੰਟਰਲੇਟ ਹੁੰਦੀਆਂ ਨੇ, 3-4 ਬੰਦੇ ਜਿਹੜੇ ਨੇ ਉਹ ਸਾਡੀ ਲਾਈਫ ਦੇ ਵਿੱਚ ਆਪਾਂ ਇੱਦਾਂ ਲਾ ਲਓ ਉਹ ਇੰਟਰਲੇਟ ਹੁੰਦਾ ਸਾਰਾ ਕੁਛ, ਇੱਕ ਬੰਦੇ ਦੇ ਕਰਕੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਪਰ ਦੂਜੇ ਜਿਹੜੇ 3 ਨੇ ਉਹ ਵੀ ਉਸ ਚੀਜ਼ ਨੂੰ ਸਪੋਰਟ ਕਰ ਰਹੇ ਆ ਪਰ ਉਹ ਇਨਡਾਇਰੈਕਟਲੀ ਕਰ ਰਹੇ ਆ, ਤੁਹਾਨੂੰ ਪਤਾ ਨਹੀਂ ਲੱਗਦਾ। ਉਹ ਕਈ ਵਾਰੀ ਇੱਕ ਛੱਡਣ ਦੇ ਨਾਲ ਤੁਹਾਡੀ ਪ੍ਰੋਬਲਮ ਹੱਲ ਹੋ ਜਾਂਦੀ, ਬਿਲਕੁਲ ਜੀ, ਪਰ ਉਹ ਤੁਸੀਂ ਵੇਖਣਾ ਵਾ ਕਿਹੜਾ ਰਾਈਟ ਪਰਸਨ ਕਿਤੇ ਰਾਈਟ ਛੱਡ ਕੇ ਨਾ ਬਹਿ ਜਾਓ ਵੀ ਬਾਕੀ ਦੇ 3 ਖਰਾਬ ਹੋਣ ਤੇ ਉਹ ਤੁਹਾਡਾ ਹੋਰ ਹੋਵੇ। ਇਹ ਇਹ ਸਮਝ ਸਾਰਿਆਂ 'ਚ ਹੁੰਦੀ ਆ, ਇਹ ਤੁਸੀਂ ਸਾਰਿਆਂ ਨੂੰ ਪਤਾ ਕਿ ਕੀ ਠੀਕ ਹੈ ਕੀ ਗਲਤ, ਕੀ ਗਲਤ ਹੈ, ਬਿਲਕੁਲ। ਸੋ ਲਈਏ ਆਪਾਂ ਇਜਾਜ਼ਤ, ਪਲੀਜ਼ ਜੀ, ਥੈਂਕ ਯੂ ਰੰਜੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਨਹੀਂ ਥੈਂਕ ਯੂ ਤੁਹਾਨੂੰ ਤੇ ਸਰੋਤਿਆਂ ਨੂੰ, ਥੈਂਕ ਯੂ ਫਾਰ ਲਿਸਨਿੰਗ। ਸੋ ਨੈਕਸਟ ਟਾਈਮ ਫਿਰ ਨੈਕਸਟ ਵੀਕ ਤੁਹਾਡੇ ਲਈ ਲੈ ਕੇ ਆਵਾਂਗੇ ਇਹੋ ਹੀ ਪ੍ਰੋਗਰਾਮ, ਤੇ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵਿਚਾਰ ਹੋਵੇ, ਕੋਈ ਚੀਜ਼ ਤੁਸੀਂ ਸਾਂਝੀ ਕਰਨਾ ਚਾਹੋ, ਜਾਂ ਦੀਪਿਕਾ ਜੀ ਦੇ ਨਾਲ ਤੁਸੀਂ ਪਰਸਨਲ ਕਾਉਂਸਲਿੰਗ ਤੁਸੀਂ ਕਰਨੀ ਚਾਹੋ ਤੇ ਉਹ ਵੀ ਤੁਸੀਂ ਕਰ ਸਕਦੇ ਹੋ। ਇਹਨਾਂ ਦਾ ਕੰਮ ਹੀ ਇਹੋ ਆ, ਇਹਨਾਂ ਦੇ ਸਰਕਾਰੀ ਮੋਹਰ ਲੱਗੀ ਇਸ ਚੀਜ਼ ਦੀ ਕਿ ਇਹ ਕਾਉਂਸਲਿੰਗ ਕਰਦੇ ਨੇ। ਜੇਕਰ ਆਪਾਂ ਨੂੰ ਲੱਗਦਾ ਹੈ ਕਿ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਹੈਵੀ ਫੀਲ ਕਰ ਰਹੇ ਹਾਂ, ਜਾਂ ਕਿਸੇ ਵੀ ਕਿਸਮ ਦੀ ਕੋਈ ਵੀ ਦਰਾੜ ਰਿਸ਼ਤਿਆਂ ਦੇ ਵਿੱਚ ਪੈ ਰਹੀ ਹੈ, ਤੇ ਇੱਕ ਵਾਰੀ ਸਲਾਹ ਕਰਨ ਦੇ ਵਿੱਚ ਜਾਂ ਇੱਕ ਵਾਰੀ ਸਾਂਝਾ ਕਰਨ ਦੇ ਵਿੱਚ ਕੋਈ ਹਰਜ ਨਹੀਂ ਗਾ। ਕਾਫੀ ਵਧੀਆ ਇਹਨਾਂ ਦਾ ਟਰੈਕ ਰਿਕਾਰਡ ਹੈ, ਬਹੁਤ ਸਾਰੇ ਪਰਿਵਾਰ ਆਲਰੇਡੀ ਬਚਾ ਚੁੱਕੇ ਨੇ ਇਹਨਾਂ ਚੀਜ਼ਾਂ ਤੋਂ। ਸੋ ਬਾਹਰਲੇ ਭਾਈਚਾਰੇ ਕਾਫੀ ਜ਼ਿਆਦਾ ਮਦਦ ਲੈ ਰਹੇ ਨੇ ਇਹਨਾਂ ਦੀ, ਤੇ ਆਪਾਂ ਕਿਉਂ ਨਾ ਲਈਏ। ਜੇਕਰ ਆਪਾਂ ਨੂੰ ਵੀ ਕੋਈ ਪ੍ਰੋਬਲਮ ਹੈ ਤੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਕਰੋ, ਤੁਹਾਡੇ ਤੱਕ ਡਿਟੇਲਸ ਪਹੁੰਚਾ ਦਿੱਤੀਆਂ ਜਾਣਗੀਆਂ, ਕੋਈ ਹਰਜ ਨਹੀਂ ਹੈ, ਇੱਕ ਵਾਰੀ ਆਪਾਂ ਗੱਲ ਕਰਕੇ ਵੇਖੀਏ। ਸੋ ਲੈਂਦੇ ਹੁਣ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਵੱਸਦੇ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।